ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਖਾਸ ਸ਼ੋਅ 'ਤੇ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਥਿੰਦ ਹੋਸਪਿਟਲ ਜਲੰਧਰ ਦੇ ਵਿੱਚ, ਉੱਥੇ ਸਾਡੇ ਨਾਲ ਡਾਕਟਰ ਨੇ ਡਾਕਟਰ JS ਥਿੰਦ ਜੀ, ਜੋ ਕਿ ਅੱਖਾਂ ਦੇ ਸਪੈਸ਼ਲਿਸਟ ਨੇ। ਸੋ ਵੈਲਕਮ ਕਰ ਲੈਂਦੇ ਹਾਂ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਸੋ ਮੈਂ ਸਭ ਤੋਂ ਪਹਿਲਾਂ, ਕਿਉਂਕਿ ਬਹੁਤ ਸਾਰੇ ਸਵਾਲ ਨੇ ਮੇਰੇ ਕੋਲ, ਮੈਂ ਪੁੱਛਾਂਗੀ, ਪਰ ਸਭ ਤੋਂ ਪਹਿਲਾਂ ਦੱਸ ਦਿੰਦੀ ਹਾਂ ਕਿ ਲਾਈਵ ਸ਼ੋਅ ਚੱਲ ਰਿਹਾ ਜੀ ਇਹ, ਤੁਸੀਂ ਨੰਬਰ ਤੁਹਾਡੇ ਕੋਲ ਆਏ ਗਏ ਨੇ, ਤਾਂ ਤੁਸੀਂ ਡਾਇਰੈਕਟ ਕਾਲ ਕਰਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ। ਸੋ ਅੱਖਾਂ ਦੇ ਸਪੈਸ਼ਲਿਸਟ ਨੇ ਥਿੰਦ ਆਈ ਹੋਸਪਿਟਲ ਜਿਹੜਾ ਹੈਗਾ, ਵੈਸੇ ਮੈਨੂੰ ਲੱਗਦਾ ਕਿ ਮੈਨੂੰ ਇੰਨੀ ਇੰਟਰੋਡਕਸ਼ਨ ਦੇਣ ਦੀ ਜ਼ਰੂਰਤ ਨਹੀਂ, ਆਲਰੇਡੀ ਬਹੁਤ ਲੋਕ ਜਾਣਦੇ ਨੇ, ਕਿਉਂਕਿ ਸਿਰਫ ਇੰਡੀਆ ਹੀ ਨਹੀਂ ਬਲਕਿ ਵਰਲਡ ਦੇ ਕੋਨੇ ਕੋਨੇ ਤੋਂ ਲੋਕ ਇੱਥੇ ਆਉਂਦੇ ਨੇ, ਆਪਣਾ ਟ੍ਰੀਟਮੈਂਟ ਲੈ ਕੇ ਜਾਂਦੇ ਹੈਗੇ ਨੇ ਅੱਖਾਂ ਦਾ, ਕਿਉਂਕਿ ਬੈਸਟ ਹੋਸਪਿਟਲਸ ਦੀ ਜਦੋਂ ਅਸੀਂ ਲਿਸਟ ਦੀ ਗੱਲ ਕਰਦੇ ਹਾਂ ਤਾਂ ਥਿੰਦ ਆਈ ਹੋਸਪਿਟਲ ਦਾ ਨਾਮ ਆਉਂਦਾ। ਸੋ ਅੱਖਾਂ ਦੀਆਂ ਪ੍ਰੋਬਲਮ ਕਾਫੀ ਜ਼ਿਆਦਾ ਵੱਧਦੀਆਂ ਜਾ ਰਹੀਆਂ ਨੇ, ਸੋ ਸਪੈਸ਼ਲੀ ਇਸੇ ਕਰਕੇ ਸੋਚਿਆ ਕਿ ਵਿਜ਼ਿਟ ਕੀਤਾ ਜਾਵੇ ਹੋਸਪਿਟਲ ਦੇ ਵਿੱਚ, ਗੱਲਬਾਤ ਕੀਤੀ ਜਾ ਸਕੇ ਕਿ ਕਿੱਦਾਂ ਇਹਦਾ ਟ੍ਰੀਟਮੈਂਟ ਜਿਹੜਾ ਹੋ ਸਕਦਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਪੈਕਸ ਕੋਈ ਨਹੀਂ ਲਗਾਉਣਾ ਚਾਹੁੰਦਾ ਅਤੇ ਬਹੁਤ ਦਿੱਕਤ ਜਿਹੜੀ ਆਉਂਦੀ ਹੈਗੀ ਆ, ਸੋ ਇਸ ਨੂੰ ਲੈ ਕੇ ਕਿੱਦਾਂ ਟ੍ਰੀਟਮੈਂਟ ਕੀਤਾ ਜਾ ਸਕਦਾ, ਇਸ ਬਾਰੇ ਗੱਲ ਕਰਾਂਗੇ। ਸੋ ਸਰ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗੀ ਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਅੱਖਾਂ ਦੀ ਪ੍ਰੋਬਲਮ ਹੈ, ਹਰ ਕਿਸੇ ਨੂੰ ਸਪੈਕਸ ਲਗਾਉਣੀ ਪੈ ਰਹੀ ਹੈ ਅਤੇ ਕੋਈ ਲਗਾਉਣਾ ਨਹੀਂ ਚਾਹੁੰਦਾ, ਚਾਹੇ ਉਹ ਖੂਬਸੂਰਤੀ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਕਮੀ ਆ ਰਹੀ ਹੈਗੀ ਆ, ਚਾਹੇ ਕਈ ਨੂੰ ਲੱਗਦਾ ਕਿ ਸਾਡਾ ਕੌਨਫੀਡੈਂਸ ਵੀ ਲੂਜ਼ ਹੋ ਰਿਹਾ ਸਪੈਕਸ ਦੇ ਨਾਲ, ਹੈ ਨਾ, ਅਤੇ ਇੱਦਾਂ ਦੀਆਂ ਕਿਹੜੀਆਂ ਟ੍ਰੀਟਮੈਂਟ ਹੈਗੇ ਨੇ ਤੁਹਾਡੇ ਕੋਲ ਕਿ ਹਾਂ ਸਪੈਕਸ ਉੱਤਰ ਜਾਏਗੀ ਪਰਮਾਨੈਂਟਲੀ? ਬਿਲਕੁਲ, ਤੁਸੀਂ ਸਹੀ ਗੱਲ ਕੀਤੀ ਹੈ ਕਿ ਹਰ ਕੋਈ ਚਸ਼ਮਾ ਨਹੀਂ ਲਗਾਉਣਾ ਚਾਹੁੰਦਾ, ਔਰ ਅੱਜ ਕੱਲ੍ਹ ਆਮ ਤੌਰ 'ਤੇ ਬੱਚਿਆਂ ਨੂੰ ਚਸ਼ਮੇ ਦੀ ਜ਼ਰੂਰਤ ਪੈਂਦੀ ਹੈ। ਉਹ ਕਿਉਂ? ਕਿਉਂਕਿ ਉਹਨਾਂ ਦੀ ਜ਼ਰੂਰਤ ਹੈ, ਉਹ ਬਰੀਕ ਤੋਂ ਬਰੀਕ ਦੇਖਣਾ ਚਾਹੁੰਦੇ ਹਨ, ਦੂਰੋਂ ਸਾਫ਼ ਦੇਖਣਾ ਚਾਹੁੰਦੇ ਹਨ, ਔਰ ਜਿੱਥੋਂ ਤੱਕ ਮੈਡੀਕਲ ਫੈਸਿਲਿਟੀ ਦਾ ਸਵਾਲ ਹੈ, ਬੱਚਾ ਜਦੋਂ ਸਕੂਲ ਜਾਂਦਾ ਤਾਂ ਉਹਦਾ ਚੈੱਕਅਪ ਹੁੰਦਾ, ਕਿਤੇ ਕੋਈ ਕਮੀ ਹੁੰਦੀ ਤਾਂ ਉਹਨੂੰ ਐਡਵਾਈਜ਼ ਕੀਤਾ ਜਾਂਦਾ ਕਿ ਚਸ਼ਮਾ ਲਗਾਓ। ਜਿੱਥੋਂ ਤੱਕ ਚਸ਼ਮਾ ਨਾ ਲਗਾਉਣ ਦੀ ਗੱਲ ਹੈ, ਉਹ ਤਾਂ ਸਹੀ ਨਹੀਂ ਹੈ, ਚਸ਼ਮਾ ਲਗਾਉਣਾ ਚਾਹੀਦਾ ਹੈ ਜਦੋਂ ਉਹਦੀ ਜ਼ਰੂਰਤ ਹੋਵੇ ਤਾਂ, ਚਾਹੇ ਛੋਟਾ ਬੱਚਾ ਹੀ ਕਿਉਂ ਨਾ ਹੋਵੇ। ਆਪਾਂ ਨੂੰ ਇਹਦੇ ਵਿੱਚ ਸ਼ਰਮਾਉਣਾ ਨਹੀਂ ਚਾਹੀਦਾ, ਆਪਣੀ ਖੂਬਸੂਰਤੀ ਨੂੰ ਇਹ ਘਟਾਉਂਦਾ ਨਹੀਂ ਬਲਕਿ ਚਾਰ ਚੰਦ ਹੀ ਲਗਾਉਂਦਾ ਹੈ ਤਾਂ ਮੈਂ ਕਹਾਂਗਾ, ਕਿਉਂਕਿ ਚਸ਼ਮਾ ਲਗਾ ਕੇ ਵੀ ਤਾਂ ਬਹੁਤ ਲੋਕ ਖੂਬਸੂਰਤ ਲੱਗਦੇ ਹਨ। 18 ਸਾਲ ਦੀ ਉਮਰ ਤੱਕ ਆਮ ਤੌਰ 'ਤੇ ਚਸ਼ਮਿਆਂ ਦਾ ਨੰਬਰ ਵੱਧਦਾ ਜਾਂ ਚੇਂਜ ਹੁੰਦਾ ਰਹਿੰਦਾ ਹੈ, ਇਸ ਕਰਕੇ ਚਸ਼ਮਾ ਉਦੋਂ ਤੱਕ ਪਰਮਾਨੈਂਟ ਟ੍ਰੀਟਮੈਂਟ ਨਹੀਂ ਕੀਤਾ ਜਾਂਦਾ। ਉਦੋਂ ਤੱਕ ਤੁਸੀਂ ਛੋਟਾ ਬੱਚਾ ਹੈ 10-11-12 ਸਾਲ ਦੀ ਉਮਰ ਤੱਕ ਚਸ਼ਮਾ ਲਗਾਵੇ, ਉਸ ਤੋਂ ਬਾਅਦ ਚਾਹੇ ਤਾਂ ਕੰਟੈਕਟ ਲੈਂਸ ਲਗਾ ਸਕਦਾ ਹੈ। ਹਾਂ, 18 ਸਾਲ ਤੋਂ ਉੱਪਰ ਉਮਰ ਹੋਵੇ, ਨੰਬਰ ਸਟੇਬਲ ਹੋਵੇ ਅਤੇ ਆਪਰੇਸ਼ਨ ਕਰਕੇ ਚਸ਼ਮੇ ਨੂੰ ਉਤਾਰਿਆ ਜਾ ਸਕਦਾ ਹੈ। ਜਿੰਨਾ ਦੀ ਜ਼ਿੰਦਗੀ ਉਹ ਜੀਣਾ ਚਾਹੁੰਦੇ ਹਨ ਉਸ ਤਰ੍ਹਾਂ ਦੀ ਉਹਨਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ ਜੀ। ਸੋ ਸਰ, ਸਵਾਲ ਹੋਰ ਵੀ ਨੇ ਪਰ ਕਾਲਰ ਆ ਗਏ ਨੇ, ਪਹਿਲਾਂ ਆਪਾਂ ਗੱਲ ਕਰਦੇ ਹਾਂ। ਹੈਲੋ ਹੈਲੋ ਹੈਲੋ, ਭਾਈ ਡਾਕਟਰ ਸਿੰਘ ਸਾਹਿਬ ਨਾਲ ਗੱਲ ਕਰਨੀ ਹੈ। ਹਾਂਜੀ ਹਾਂਜੀ, ਦੱਸੋ ਜੀ ਕੀ ਸਵਾਲ ਹੈ ਤੁਹਾਡਾ? ਸਵਾਲ, ਅੱਖਾਂ ਚੋਂ ਥੋੜਾ ਪਾਣੀ ਨਿਕਲਦਾ ਰਹਿੰਦਾ ਹੈ ਜੀ। ਕਿੰਨੀ ਉਮਰ ਕਿੰਨੀ ਹੈ ਆਪਣੀ ਜੀ? ਤੁਸੀਂ ਅੱਖਾਂ ਦਾ ਮੁਆਇਨਾ ਇੱਕ ਵਾਰੀ ਜ਼ਰੂਰ ਉਠਾਓ, ਤੁਹਾਡੇ ਲੱਗਦਾ ਇੱਕ ਡਰਾਈ ਆਈ ਟਾਈਪ ਦੀ ਇੱਕ ਡਿਜ਼ੀਜ਼ ਹੁੰਦੀ ਹੈ ਜਿਹਨੂੰ ਅਸੀਂ ਡਿਸਫੰਕਸ਼ਨਲ ਟੀਅਰ ਸਿੰਡਰੋਮ, ਉਹਦੇ ਵਾਸਤੇ ਤੁਹਾਨੂੰ ਲੁਬਰੀਕੈਂਟ ਦਿੱਤੇ ਜਾਣਗੇ ਜਾਂ ਹੋਰ ਕੋਈ ਬਿਮਾਰੀ ਹੋਏਗੀ ਤਾਂ ਉਹਦਾ ਇਲਾਜ ਕਰਵਾ ਸਕਦੇ ਹੋ ਤੁਸੀਂ, ਔਰ ਇਹਨੂੰ ਤੁਸੀਂ ਕੰਟਰੋਲ ਕਰ ਸਕਦੇ। ਆਪਾਂ ਕਿ ਇਹ ਪੂਰੀ ਤਰ੍ਹਾਂ ਠੀਕ ਹੋ ਜਾਵੇ ਇਹ ਤਾਂ ਨਹੀਂ, ਪਰ ਹਾਂ ਇਹਨੂੰ ਠੀਕ ਕੀਤਾ ਜਾ ਸਕਦਾ ਹੈ, ਤੁਹਾਨੂੰ ਕੰਟਰੋਲ ਕੀਤਾ ਜਾ ਸਕਦਾ, ਤੁਸੀਂ ਅੱਖਾਂ ਦੇ ਮਾਹਰ ਡਾਕਟਰ ਨੂੰ ਜ਼ਰੂਰ ਦਿਖਾਓ। ਹਾਂਜੀ, ਡਾਕਟਰ ਨੂੰ ਦਿਖਾ ਕੇ ਆਈ ਡ੍ਰੌਪਸ ਲਓ, ਕਿਸ ਤਰ੍ਹਾਂ ਦੇ ਆਈ ਡ੍ਰੌਪਸ ਚਾਹੀਦੇ ਨੇ ਉਹਦੇ ਹਿਸਾਬ ਨਾਲ ਤੁਹਾਨੂੰ ਦਵਾਈ ਦਿੱਤੀ ਜਾਏਗੀ। ਬਿਲਕੁਲ ਜੀ, ਸੋ ਪਹਿਲਾਂ ਆਪਣਾ ਚੈੱਕਅਪ ਤੁਸੀਂ ਕਰਵਾ ਲਓ, ਫਿਰ ਉਸ ਤੋਂ ਬਾਅਦ ਤੁਹਾਨੂੰ ਟ੍ਰੀਟਮੈਂਟ ਜਿਹੜਾ ਉਹ ਦੱਸ ਦਿੱਤਾ ਜਾਏਗਾ। ਅੱਛਾ ਸਰ, ਜਿਵੇਂ ਤੁਸੀਂ ਗੱਲ ਕੀਤੀ ਹੈਗੀ 18+ ਹੋਏਗਾ ਤਾਂ ਹੀ ਟ੍ਰੀਟਮੈਂਟ ਜਿਹੜਾ ਲੈਣਾ ਚਾਹੀਦਾ ਹੈਗਾ ਬੱਚੇ ਦਾ? ਉਮਰ 18 ਤੋਂ ਉੱਪਰ ਹੋਣੀ ਚਾਹੀਦੀ ਹੈ ਔਰ ਨੰਬਰ ਸਟੇਬਲ ਹੋਣਾ ਚਾਹੀਦਾ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਐਪਰੀਸ਼ੀਏਬਲ ਚੇਂਜ ਨਹੀਂ ਹੋਣਾ ਚਾਹੀਦਾ ਪਿਛਲੇ 1 ਸਾਲ ਦੇ ਵਿੱਚ, 0.25 to 0.5 ਤੋਂ ਜ਼ਿਆਦਾ ਚੇਂਜ ਨਹੀਂ ਹੋਣਾ ਚਾਹੀਦਾ। ਸੋ ਸਰ, ਜਿਵੇਂ ਕਿ ਹੁਣ ਨਵੀਆਂ ਨਵੀਆਂ ਟੈਕਨੀਕਸ ਆਉਂਦੀਆਂ ਜਾ ਰਹੀਆਂ ਨੇ, ਜਿਵੇਂ ਕਿ ਸਮਾਈਲ ਦੀ ਗੱਲ ਕਰ ਲਈਏ, ਕੈਟਰਿਕ ਸਰਜਰੀ ਦੀ ਗੱਲ ਕਰ ਲਈਏ, ਸੋ ਇਹ ਸਪੈਕਸ ਨੂੰ ਪਰਮਾਨੈਂਟ ਉਤਾਰਨ ਦੇ ਲਈ ਜਿਵੇਂ ਟ੍ਰੀਟਮੈਂਟ ਦੀ ਅਸੀਂ ਗੱਲ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਸਰਜਰੀਜ਼ ਹੁੰਦੀਆਂ ਨੇ? ਆਪਾਂ ਕਈ ਚੀਜ਼ਾਂ ਨੂੰ ਆਪਾਂ ਮਿਕਸ ਨਹੀਂ ਕਰਾਂਗੇ, ਮੈਂ ਬਾਰ ਬਾਰ ਅਲੱਗ ਅਲੱਗ ਦੱਸਣਾ ਚਾਹਾਂਗਾ ਕਿ ਚਸ਼ਮਾ ਅਗਰ ਕਿਸੇ ਦੇ ਲੱਗਾ ਹੋਇਆ ਯੰਗ ਏਜ ਹੈ ਤਾਂ ਯੂਜਲੀ ਅਸੀਂ ਨੂੰ ਕਹਿੰਦੇ ਰਿਫ੍ਰੈਕਟਿਵ ਐਰਰ, ਇਹ ਮਾਇਓਪੀਆ ਹੋ ਸਕਦਾ, ਹਾਈਪਰਮੈਟ੍ਰੋਪੀਆ ਹੋ ਸਕਦਾ, ਜਾਂ ਐਸਟਿਗਮੈਟਿਜ਼ਮ ਹੋ ਸਕਦਾ, ਜਾਂ ਕੰਬੀਨੇਸ਼ਨ ਹੋ ਸਕਦਾ। ਉਹਦੇ ਵਾਸਤੇ ਜਿਹੜੀ ਵਿਧੀ ਯੂਜ ਕੀਤੀ ਜਾਂਦੀ ਉਹ ਲੇਜ਼ਰ ਵਿਧੀ ਹੈ, ਜਿਹਨੂੰ ਅਸੀਂ ਆਮ ਤੌਰ 'ਤੇ ਲੇਸਿਕ ਕਹਿੰਦੇ ਹਾਂ, ਪਰ ਹੁਣ ਲੇਸਿਕ ਤੋਂ ਵੀ ਉੱਪਰ ਟੈਕਨੀਕ ਆ ਗਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸਮਾਈਲ, ਦੈਟ ਇਜ਼ ਸਮਾਲ ਇਨਸੀਜ਼ਨ ਲੈਂਟੀਕੁਲਰ ਐਕਸਟ੍ਰੈਕਸ਼ਨ, ਜਿਹਦੇ ਵਿੱਚ ਕਿ ਚੀਰਾ ਬਹੁਤ ਹੀ ਛੋਟਾ ਲੱਗਦਾ ਹੈ, ਔਰ ਇਹਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਮਿਨੀਮਲੀ ਇਨਵੇਜ਼ਿਵ ਰਿਫ੍ਰੈਕਟਿਵ ਸਰਜਰੀ, ਜਿਹਦੇ ਵਿੱਚ ਅਸੀਂ ਇੱਕ ਲੈਂਟੀਕਿਊਲ ਕ੍ਰੀਏਟ ਕਰਦੇ ਹਾਂ ਕੌਰਨੀਆ ਦੇ ਵਿੱਚ ਔਰ ਉਹਨੂੰ ਰਿਮੂਵ ਕਰਦੇ ਹਾਂ, ਉਹਦੇ ਨਾਲ ਕੌਰਨੀਆ ਦਾ ਕਰਵੇਚਰ ਚੇਂਜ ਹੋ ਜਾਂਦਾ ਹੈ ਔਰ ਚਸ਼ਮਾ ਉਤਰ ਜਾਂਦਾ ਹੈ ਔਰ ਮਰੀਜ਼ ਚੰਗੀ ਤਰ੍ਹਾਂ ਦੇਖ ਸਕਦਾ ਹੈ ਬਿਨਾਂ ਚਸ਼ਮੇ ਤੋਂ।
ਇਹ ਇਹਨੂੰ ਅਸੀਂ ਕਹਿੰਦੇ ਹਾਂ ਸਮਾਈਲ। ਇਸ ਤੋਂ ਪਹਿਲਾਂ ਅਸੀਂ ਲੇਸਿਕ ਕਰਦੇ ਸਨ ਜਿਹਦੇ ਵਿੱਚ ਕਿ ਕਈ ਤਰ੍ਹਾਂ ਦੇ ਪਰਹੇਜ਼ ਆਉਂਦੇ ਸਨ, ਜਿਹਦੇ 'ਚ ਅਕਸਰ ਜਿਹੜਾ ਬੜਾ ਕਾਮਨ ਸੀ ਯੰਗ ਬੱਚੇ ਹੁੰਦੇ ਨੇ ਉਹ ਕੰਟੈਕਟ ਸਪੋਰਟਸ ਖੇਡਦੇ ਨੇ, ਔਰ ਅਸੀਂ ਕਹਿੰਦੇ ਤੁਸੀਂ ਕੰਟੈਕਟ ਸਪੋਰਟਸ ਅਵੋਇਡ ਕਰਨੇ, ਫਿਜ਼ੀਕਲ ਇੰਜਰੀ ਆਪ ਨੂੰ ਅਵੋਇਡ ਕਰਨੀ, ਕਿਉਂਕਿ ਫਲੈਪ ਬਣਿਆ ਹੋਇਆ ਹੁੰਦਾ, ਜਦੋਂ ਫਲੈਪ ਬਣਾਉਂਦੇ ਤਾਂ ਉਹਦੇ ਸੈਂਸੇਸ਼ਨ ਲੂਜ਼ ਕਰ ਦਿੰਦੇ ਹਾਂ ਅਸੀਂ, ਲੂਜ਼ ਹੋ ਜਾਂਦੀ ਹਨ ਕਿਉਂਕਿ ਨਰਵ ਐਂਡਿੰਗਸ ਕੱਟੀ ਜਾਂਦੀਆਂ, ਔਰ ਉਹਦੇ 'ਚ ਜਿੰਨੇ ਵੀ ਕੰਪਲੀਕੇਸ਼ਨ ਹੁੰਦੇ ਸਾਰੇ ਫਲੈਪ ਰਿਲੇਟਡ ਹੁੰਦੇ ਆ, ਜਿਹਨਾਂ 'ਚੋਂ ਬੜੀ ਕਾਮਨ ਹੈ ਡਰਾਈ ਆਈ, ਕਿਉਂਕਿ ਅਕਸਰ ਅੱਜ ਕੱਲ੍ਹ ਲੋਕ ਕੰਪਿਊਟਰ 'ਤੇ ਕੰਮ ਕਰਦੇ ਹਨ ਜਾਂ ਡਿਜੀਟਲ ਡਿਵਾਈਸਿਸ 'ਤੇ ਕੰਮ ਕਰਦੇ ਹਨ, ਉਹਦੇ ਨਾਲ ਬਲਿੰਕ ਰਿਫਰੈਸ ਘੱਟ ਜਾਂਦਾ ਹੈ, ਜਦੋਂ ਅਸੀਂ ਫਲੈਪ ਬਣਾਉਂਦੇ ਤਾਂ ਉਹਦੇ ਬਲਿੰਕ ਰਿਫਰੈਸ ਹੋਰ ਘੱਟ ਜਾਂਦਾ ਹੈ, ਔਰ ਡਰਾਈਨੈਸ ਹੋਣ ਦੇ ਚਾਂਸਿਸ ਹੋ ਜਾਂਦੇ ਨੇ। ਉਹਨਾਂ ਨੂੰ ਦੂਰ ਕਰਨ ਵਾਸਤੇ ਨਵੀਂ ਵਿਧੀ ਜਿਹਨੂੰ ਅਸੀਂ ਕਹਿੰਦੇ ਹਾਂ ਸਮਾਈਲ ਏ ਆਈ ਹੈ, ਔਰ ਉਹਦੇ ਨਾਲ ਟ੍ਰੀਟਮੈਂਟ ਕਰੀਏ ਤਾਂ ਡਰਾਈਨੈਸ ਦੇ ਚਾਂਸਿਸ ਉੱਦਾਂ ਹੀ ਹੁੰਦੇ ਹਨ ਜਿੱਦਾਂ ਕਿ ਨੋਰਮਲ ਆਈ ਦੇ ਵਿੱਚ, ਔਰ ਜਿਹੜੇ ਫਲੈਪ ਕੰਪਲੀਕੇਸ਼ਨਸ ਹੁੰਦੀਆਂ ਹਨ ਉਹ ਲੈਸਿਕ ਦੀਆਂ ਉਹ ਨਹੀਂ ਹੁੰਦੀਆਂ, ਔਰ ਮਰੀਜ਼ ਨੂੰ ਚੰਗੀ ਨਿਗਾਹ ਮਿਲਦੀ ਹੈ, ਚੰਗੀ ਅੱਖ, ਸਿਹਤਮੰਦ ਮਿਲਦੀ ਹੈ ਜਿੱਦਾਂ ਕਿ ਨੋਰਮਲ ਇਨਸਾਨ ਦੀ ਅੱਖ ਹੁੰਦੀ ਹੈ। ਜੀ ਜੀ ਸੋ ਸਰ, ਜਿਵੇਂ ਕਿ ਅਸੀਂ ਪੁਰਾਣੇ ਟਾਈਮ ਦੇ ਵਿੱਚ ਦੇਖਦੇ ਸੀ, ਮੈਂ ਖੁਦ ਦੇਖਿਆ ਹੈ ਕਿ ਮੇਰੇ ਮੰਨ ਲਓ ਦਾਦੀ ਸੀ, ਦਾਦਾ ਜੀ ਸੀਗੇ, ਉਹਨਾਂ ਨੇ ਟ੍ਰੀਟਮੈਂਟ ਕਰਵਾਇਆ ਅੱਖਾਂ ਦਾ, ਚਿੱਟਾ ਮੋਤੀਆ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਕਾਲਾ ਮੋਤੀਆ ਜਾਂ ਫਿਰ ਹੋਰ ਅੱਖਾਂ ਦੀ ਪ੍ਰੋਬਲਮ, ਸੋ ਟ੍ਰੀਟਮੈਂਟ ਕਰਵਾਇਆ, ਉਸ ਤੋਂ ਬਾਅਦ ਸਪੈਕਸ ਜਿਹੜੀ ਹੈਗੀ ਉਹ ਪਰਮਾਨੈਂਟ ਹੀ ਲੱਗ ਗਈ, ਸੋ ਹੁਣ ਇਹ ਸਮਾਈਲ ਤੋਂ ਬਾਅਦ ਸਪੈਕਸ ਤੋਂ ਖਾਸ ਕਰਕੇ ਛੁਟਕਾਰਾ ਮਿਲ ਜਾਏਗਾ ਫਿਰ ਜਾਂ ਫਿਰ ਲਗਾਉਣੀ ਪਏਗੀ? ਇਹਦੇ ਵਿੱਚ ਅਸੀਂ ਫਿਰ ਕਨਫਿਊਜ਼ ਨਹੀਂ ਕਰਾਂਗੇ ਲੋਕਾਂ ਨੂੰ, ਅਸੀਂ ਚਾਹਾਂਗੇ ਕਿ ਚਿੱਟਾ ਮੋਤੀਆ ਬਿਲਕੁਲ ਅਲੱਗ ਬਿਮਾਰੀ ਹੈ, ਔਰ ਅਕਸਰ ਇਹ ਉਮਰ ਦੇ ਲਿਹਾਜ਼ ਨਾਲ ਆਉਂਦੀ ਹੈ, ਜਦੋਂ ਇਨਸਾਨ ਕਰੀਬ 65-70 ਸਾਲ 80 ਸਾਲ ਦਾ ਹੁੰਦਾ ਹੈ ਅਤੇ ਅੱਖ ਦੇ ਅੰਦਰ ਇੱਕ ਨੇਚਰਲ ਲੈਂਸ ਹੁੰਦਾ ਹੈ ਜਿਹੜਾ ਕਿ ਓਪੇਕ ਹੋਣ ਲੱਗ ਪੈਂਦਾ, ਉਹਨੂੰ ਅਸੀਂ ਚਿੱਟਾ ਮੋਤੀਆ ਕਹਿੰਦੇ ਹਾਂ ਜਾਂ ਕੈਟਰੈਕਟ ਕਹਿੰਦੇ ਹਾਂ, ਉਹਨੂੰ ਜਦੋਂ ਅਸੀਂ ਰਿਮੂਵ ਕਰਦੇ ਹਾਂ ਤਾਂ ਉਹ ਇਨਸਾਨ ਦੇਖਣ ਦੇ ਲਾਇਕ ਹੋ ਜਾਂਦਾ ਹੈ, ਔਰ ਉਹਦੇ ਵਿੱਚ ਅਸੀਂ ਲੈਂਸ ਫਿੱਟ ਕਰਦੇ ਹਨ, ਉਹਦੇ ਨਾਲ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਦਾ ਲੈਂਸ ਫਿੱਟ ਕਰਦੇ ਹਾਂ, ਉਸੇ ਹਿਸਾਬ ਦੇ ਨਾਲ ਨਿਗਾਹ ਬਣਦੀ ਹੈ। ਪਹਿਲਾਂ ਆਮ ਤੌਰ 'ਤੇ ਮੋਨੋਫੋਕਲ ਲੈਂਸ ਆਉਂਦਾ ਸੀ ਜਿਹਦੇ ਨਾਲ ਦੂਰ ਦੀ ਤਾਂ ਨਿਗਾਹ ਠੀਕ ਹੋ ਜਾਂਦੀ ਸੀ ਪਰ ਨਜ਼ਦੀਕ ਦਾ ਚਸ਼ਮਾ ਲਗਾਉਣਾ ਪੈਂਦਾ ਸੀ। ਉਸ ਤੋਂ ਬਾਅਦ ਕੁਛ ਲੋਕਾਂ ਦੇ ਐਸਟਿਗਮੈਟਿਜ਼ਮ ਜਾਂ ਸਿਲਿੰਡਰੀਕਲ ਨੰਬਰ ਹੁੰਦਾ ਸੀ ਜਿਹੜਾ ਕਿ ਕੋਰਨੀਆ 'ਚ ਹੁੰਦਾ ਹੈ, ਉਹਦੇ ਵਾਸਤੇ ਟੋਰਿਕ ਲੈਂਸਿਸ ਆ ਗਏ ਜਿਹਦੇ ਨਾਲ ਦੂਰ ਦੀ ਨਿਗਾਹ ਬਿਲਕੁਲ ਠੀਕ ਹੋ ਜਾਂਦੀ ਸੀ ਅਤੇ ਨੇੜੇ ਦੀ ਐਨਕ ਲਗਾਉਣੀ ਪੈਂਦੀ ਸੀ। ਅੱਜ ਕੱਲ੍ਹ ਜਿੱਦਾਂ ਕਿ ਇਨਸਾਨ ਦੀ ਜ਼ਰੂਰਤ ਵੱਧਦੀ ਹੈ, ਕਹਿੰਦੇ ਨੈਸੈਸਿਟੀ ਇਜ਼ ਦੀ ਮਦਰ ਆਫ ਇਨਵੈਂਸ਼ਨ ਜਾਂ ਆਵਸ਼ਕਤਾ ਹੀ ਅਵਿਸ਼ਕਾਰ ਕੀ ਜਨਨੀ ਹੈ, ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਸਾਨੂੰ ਦੂਰ ਦੀ ਨਿਗਾਹ ਠੀਕ ਹੋ ਗਈ, ਨੇੜੇ ਦੀ ਕਿਉਂ ਨਹੀਂ ਠੀਕ ਹੋਈ? ਉਹਦੇ ਵਾਸਤੇ ਮਲਟੀਫੋਕਲ ਲੈਂਸਿਸ ਆ ਗਏ, ਉਹਦੇ ਨਾਲ ਇਨਸਾਨ ਨੂੰ ਦੂਰ ਦਾ ਔਰ ਨਜ਼ਦੀਕ ਦਾ ਦੋਨੇ ਦਿਸਣ ਲੱਗ ਪੈਂਦੇ ਹਨ। ਪਰ ਸਮੇਂ ਦੇ ਨਾਲ ਸਮੇਂ ਦੀਆਂ ਜ਼ਰੂਰਤਾਂ ਨੇ ਹੋਰ ਅੱਗੇ ਚੇਂਜ ਕੀਤਾ, ਕਿਉਂ? ਕਿਉਂਕਿ ਪਹਿਲਾਂ ਤੋਂ ਪੜ੍ਹਨ ਵਾਸਤੇ ਇੱਥੇ ਵੀ ਇਨਸਾਨ ਰੱਖ ਕੇ ਪੜ੍ਹਦਾ ਸੀ ਜਾਂ ਦੂਰ ਦਾ ਦੇਖਦਾ ਸੀ, ਪਰ ਹੁਣ ਵਿੱਚ ਕੰਪਿਊਟਰ ਆ ਗਿਆ, ਕੰਪਿਊਟਰ ਦੀ ਦੂਰੀ ਥੋੜ੍ਹੀ ਦੂਰ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਟਰਮੀਡੀਏਟ ਡਿਸਟੈਂਸ, ਉਹਦੇ 'ਤੇ ਦੇਖਣ ਵਾਸਤੇ ਮਲਟੀਫੋਕਲ ਲੈਂਸ ਦੇ ਨਾਲ ਬੰਦੇ ਨੂੰ ਲਾਗੇ ਹੋਣਾ ਪੈਂਦਾ ਸੀ। ਉਹਦੇ ਵਾਸਤੇ ਹੁਣ ਜਿਹੜੇ ਨਵੇਂ ਲੈਂਸਿਸ ਆ ਗਏ ਹਨ, ਇਹਨੂੰ ਅਸੀਂ ਕਹਿੰਦੇ ਈਡੋਫ ਐਕਸਟੈਂਡਡ ਡੈਥ ਆਫ ਫੋਕਸ ਲੈਂਸਿਸ, ਜਿਹਦੇ ਨਾਲ ਕਿ ਤੁਸੀਂ ਦੂਰ ਦਾ ਤਾਂ ਦੇਖ ਹੀ ਸਕਦੇ ਹੋ, ਨਜ਼ਦੀਕ ਦਾ ਵੀ ਦੇਖ ਸਕਦੇ ਹੋ ਅਤੇ ਇੰਟਰਮੀਡੀਏਟ ਡਿਸਟੈਂਸ ਵੀ ਸਾਰੀਆਂ ਦੇਖ ਸਕਦੇ ਹੋ, ਉਹ ਲੈਂਸਿਸ ਆ ਗਏ ਹਨ। ਉਹਦੇ ਨਾਲ ਜਦੋਂ ਅਸੀਂ ਓਪਰੇਸ਼ਨ ਕਰਕੇ ਚਿੱਟੇ ਮੋਤੀਆ ਦਾ ਓਪਰੇਸ਼ਨ ਕਰਕੇ ਉਹ ਜਦੋਂ ਲੈਂਸ ਫਿੱਟ ਕਰਦੇ ਹਾਂ, ਉਹਦੇ ਨਾਲ ਵਧੇਰੇ ਚੰਗੀ ਨਿਗਾਹ ਇਨਸਾਨ ਦੀ ਆਉਂਦੀ ਹੈ ਔਰ ਆਪਣੇ ਜ਼ਿੰਦਗੀ ਦਾ ਆਨੰਦ ਚੰਗੀ ਤਰ੍ਹਾਂ ਮਾਣ ਸਕਦਾ ਹੈ, ਆਪਦੇ ਸਾਰੇ ਕੰਮ ਵੀ ਕਰ ਸਕਦਾ ਹੈ, ਆਫਿਸ ਵਿੱਚ ਕੰਮ ਕਰਨ ਵਾਲਾ ਨੇੜੇ ਦਾ ਵੀ ਪੜ੍ਹ ਸਕਦਾ ਹੈ, ਇੰਟਰਮੀਡੀਏਟ ਡਿਸਟੈਂਸ ਟੇਬਲ 'ਤੇ ਰੱਖੀਆਂ ਚੀਜ਼ਾਂ ਨੂੰ ਵੀ ਦੇਖ ਸਕਦਾ ਹੈ ਔਰ ਦੂਰ ਦਾ ਵੀ ਦੇਖ ਸਕਦਾ ਹੈ। ਆਮ ਤੌਰ 'ਤੇ ਲੋਕ ਹੁਣ ਡਰਾਈਵ ਕਰਦੇ ਹਨ, ਤੁਸੀਂ ਦੇਖਿਆ ਕਿ ਆਟੋਮੋਬਾਈਲ ਦਾ ਕਿੰਨਾ ਫੈਸ਼ਨ ਹੈ, ਔਰ ਸਾਰੀਆਂ ਗੈਜਟਸ ਐਸੀਆਂ ਆ ਗਈਆਂ ਹਨ ਜਿਹਦੇ ਵਿੱਚ ਈਵਨ ਕਾਰ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਹੱਥ ਨਾਲ ਕਰ ਸਕਦੇ ਹੋ, ਅੱਖਾਂ ਨਾਲ ਦੇਖ ਕੇ ਸਾਰੀ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ ਡੈਸ਼ਬੋਰਡ 'ਤੇ। ਸੋ ਇਹ ਲੈਂਸ ਜਦੋਂ ਚਿੱਟੇ ਮੋਤੇ ਤੋਂ ਬਾਅਦ ਪਾ ਦਿੱਤਾ ਜਾਂਦਾ ਹੈ ਅਤੇ ਆਮ ਕਰੀਬ ਕਰੀਬ ਯੰਗ ਬੰਦੇ ਦੇ ਤਰ੍ਹਾਂ ਨਜ਼ਦੀਕ ਦਾ ਵੀ ਦਿਸਦਾ ਹੈ, ਉਹ ਸਟੇਅਰਿੰਗ 'ਤੇ ਸਾਰਾ ਦੇਖ ਸਕਦਾ ਹੈ, ਡੈਸ਼ਬੋਰਡ 'ਤੇ ਵੀ ਦੇਖ ਸਕਦਾ, ਆਪਦਾ GPS ਵੀ ਸੈੱਟ ਕਰ ਸਕਦਾ ਹੈ, ਆਪਦਾ ਮੋਬਾਈਲ 'ਤੇ ਮੈਸੇਜ ਕਿਹਦਾ ਆਇਆ ਹੈ ਉਹ ਦੇਖ ਸਕਦਾ, ਫੋਨ ਕਿਹਦਾ ਆਇਆ, ਫੋਨ ਕਿਹਨੂੰ ਕਰਨਾ ਹੈ ਉਹ ਸਾਰਾ ਦੇਖ ਸਕਦਾ, ਔਰ ਤੁਸੀਂ ਆਪਦੇ ਸਾਰੇ ਗੈਜਟਸ ਨੂੰ ਵੀ ਸੈੱਟ ਕਰ ਸਕਦੇ ਹੋ। ਸੋ ਹਰ ਬੰਦੇ ਨੂੰ ਇਹਦੀ ਸਹੂਲਤ ਮਿਲਦੀ ਹੈ। ਸੋ ਇਹ ਨਵੀਂ ਕਾਰਡ ਹੈ ਈਡੋਫ ਲੈਂਸਿਸ, ਜਿਹਦੇ ਨਾਲ ਕਿ ਚਿੱਟੇ ਮੋਤੀਆ ਦੇ ਆਪਰੇਸ਼ਨ ਤੋਂ ਬਾਅਦ ਵਧੇਰੇ ਉਮਰ ਵਿੱਚ ਵੀ ਇਨਸਾਨ ਚੰਗੀ ਨਿਗਾਹ ਆਪਣੀ ਮਾਣ ਸਕਦਾ ਹੈ। ਜੀ, ਸੋ ਇੱਕ ਬਹੁਤ ਹੀ ਅੱਛੀ ਟੈਕਨੀਕ, ਕਿਉਂਕਿ ਅਦਰਵਾਈਜ਼ ਜਿਵੇਂ ਤੁਸੀਂ ਕਿਹਾ ਕਿ ਵਾਕਈ ਇਹ ਹੁੰਦਾ ਸੀਗਾ ਜੇ ਦੂਰ ਦੀ ਨਿਗਾਹ ਦਾ ਟ੍ਰੀਟਮੈਂਟ ਹੋਇਆ ਤਾਂ ਨਜ਼ਦੀਕ ਦੀ ਐਨਕ ਲੱਗ ਗਈ, ਜੇ ਨਜ਼ਦੀਕ ਦੀ ਨਿਗਾਹ ਦਾ ਅਸੀਂ ਕਰਦੇ ਹੈਗੇ ਆ ਟ੍ਰੀਟਮੈਂਟ ਤਾਂ ਦੂਰ ਦੀ ਐਨਕ ਲੱਗ ਜਾਂਦੀ ਹੈਗੀ ਆ। ਸੋ ਸਰ ਨੇ ਦੱਸਿਆ ਕਿ ਜੋ ਨਵੀਆਂ ਟੈਕਨੀਕਸ ਆ ਰਹੀਆਂ ਨੇ ਪਰਮਾਨੈਂਟ ਜਿਹੜੀ ਹੈਗੀ ਆ, ਆਪਾਂ ਕਹਿ ਸਕਦੇ ਚਾਹੇ ਦੂਰ ਦੀ ਆ ਚਾਹੇ ਨਜ਼ਦੀਕ ਦੀ, ਤੁਹਾਡੀ ਨਿਗਾਹ ਦੀ ਪ੍ਰੋਬਲਮ ਹੈਗੀ ਉਹਦਾ ਟ੍ਰੀਟਮੈਂਟ ਜਿਹੜਾ ਹੋ ਜਾਏਗਾ। ਸੋ ਸਰ ਕਾਲਰ ਨੇ ਫਿਲਹਾਲ ਹੋ ਲੈਂਦੇ ਆਪਾਂ। ਹੈਲੋ, ਹਾਂਜੀ, ਦੱਸੋ ਜੀ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਕੋਲ ਪੁੱਛਣਾ ਸੀ ਜੀ, ਜਿਹੜੇ ਡਾਇਬਟੀਜ਼ ਦੀ ਪਲੇਗ ਆ, ਉਹ ਨੀਡਲ ਲਾ ਦਿੰਦੇ ਆ ਡਾਕਟਰ ਅੱਖਾਂ ਦੇ ਵਿੱਚ ਇੱਥੇ ਕੈਨੇਡਾ ਚ, ਵੀ ਉਹ ਠੀਕ ਆ ਜਾਂ ਨਹੀਂ? ਮਤਲਬ ਮੈਨੂੰ ਸਾਲ ਹੋ ਗਿਆ ਇਸ ਤਰ੍ਹਾਂ ਲੈਂਦੇ ਨੂੰ। ਬੀਬੀ ਜੀ, ਇੱਦਾਂ ਹੈ ਕਿ ਡਾਇਬਟੀਜ਼ ਦਾ ਕਰਕੇ ਜਿਹੜੀ ਅੱਖਾਂ ਦੇ ਵਿੱਚ ਬਿਮਾਰੀ ਆਉਂਦੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਡਾਇਬਟਿਕ ਰੈਟਨੋਪੈਥੀ। ਜਦੋਂ ਕਰੀਬ 10 ਸਾਲ ਪੁਰਾਣੀ ਹੋ ਜਾਂਦੀ ਹੈ ਇਨਸਾਨ ਦੇ, ਤਾਂ ਉਦੋਂ ਉਹ ਪਰਦੇ ਦੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਹਨ। ਉਹਦੇ ਵਾਸਤੇ ਇਲਾਜ ਤਰ੍ਹਾਂ ਤਰ੍ਹਾਂ ਦੇ ਹਨ, ਜਿਨ੍ਹਾਂ 'ਚੋਂ ਇੱਕ ਇਲਾਜ ਹੈ ਟੀਕਾ ਲਗਾਉਣਾ, ਜਿਹਨੂੰ ਅਸੀਂ ਕਹਿੰਦੇ ਇੰਟਰਵਿਟਲ ਇੰਜੈਕਸ਼ਨ, ਦੂਸਰਾ ਹੁੰਦਾ ਹੈ ਲੇਜ਼ਰ, ਤੀਸਰਾ ਹੁੰਦਾ ਹੈ ਆਪਰੇਸ਼ਨ। ਜਿਹਦੀ ਜ਼ਰੂਰਤ ਪਵੇ ਉਹ ਕਰਨਾ ਪੈਂਦਾ ਹੈ, ਤਾਂ ਕਿ ਤੁਹਾਡੀ ਨਿਗ੍ਹਾ ਨੂੰ ਤੁਹਾਡੇ ਨਾਲ ਲੰਬੇ ਸਮੇਂ ਤੱਕ ਚਲਾਇਆ ਜਾ ਸਕੇ। ਸ਼ੂਗਰ ਦੇ ਨਾਲ ਜਿਹੜੀ ਬਿਮਾਰੀ ਅੱਖਾਂ ਦੇ ਪਰਦੇ 'ਤੇ ਆਉਂਦੀ ਹੈ, ਉਹਦੇ ਨਾਲ ਅਲਟੀਮੇਟ ਟੋਟਲ ਲੋਸ ਆਫ ਆਈਸਾਈਟ ਹੁੰਦੀ ਹੈ, ਮਤਲਬ ਨਿਗ੍ਹਾ ਹੌਲੀ 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 ਖਤਮ ਹੁੰਦੀ ਹੈ। ਸਾਡਾ ਮੰਤਵ ਇਹੀ ਹੈ ਕਿ ਤੁਹਾਡਾ ਇਲਾਜ ਕਰਕੇ ਤੁਹਾਡੇ ਨਾਲ ਨਿਗ੍ਹਾ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕੇ, ਤਾਂ ਕਿ ਤੁਸੀਂ ਕਿਸੇ 'ਤੇ ਡਿਪੈਂਡੈਂਟ ਨਾ ਹੋਵੋ। ਇਹਦੇ ਵਾਸਤੇ ਬਾਰ ਬਾਰ ਇੰਜੈਕਸ਼ਨ ਜਾਂ ਲੇਜ਼ਰ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਇਹ ਕਰਾ ਸਕਦੇ ਹੋ। ਅਗਰ ਨਿਗ੍ਹਾ ਬਹੁਤ ਜ਼ਿਆਦਾ ਖਰਾਬ ਹੋ ਜਾਵੇ, ਹੈਮਰੇਜ ਹੋ ਜਾਵੇ, ਤਾਂ ਆਪਰੇਸ਼ਨ ਵੀ ਹੋ ਸਕਦਾ ਹੈ। ਠੀਕ ਹੈ ਜੀ, ਅਬਰੋਡ ਰਹਿੰਦੇ ਨੇ ਅਲੱਗ ਅਲੱਗ ਕੰਟਰੀ ਤੋਂ ਨੇ, ਸੋ ਕਿੱਦਾਂ ਕੰਟੈਕਟ ਤੁਹਾਨੂੰ ਕਰ ਸਕਦੇ ਨੇ? ਸਾਡੀ ਵੈਬਸਾਈਟ ਹੈਗੀ ਹੈ ਜੀ, ਉਹਦੇ ਉੱਤੇ ਸਾਰੇ ਸਾਰੇ ਐਡਰੈਸ ਹੈਗਾ ਜੀ, ਉਹਦੇ ਉੱਤੇ ਟੈਲੀਫੋਨ ਨੰਬਰਸ ਵੀ ਹੈਗੇ ਨੇ, ਐਨੀਬਾਡੀ ਕੈਨ, ਉੱਤੇ ਈਮੇਲ ਐਡਰੈਸ ਵੀ ਹੈਗਾ, ਉੱਤੇ ਸਾਡੇ ਵਟਸਐਪ ਵੀ ਸਾਰੇ ਨੰਬਰ 'ਤੇ ਚੱਲਦਾ, ਕੋਈ ਵੀ ਸਾਡੇ ਨਾਲ ਇਨ ਟੱਚ ਹੋ ਸਕਦਾ ਔਨ ਈਮੇਲ ਔਰ ਔਨ ਫੋਨ। ਕਾਲ ਕਰਕੇ ਸਾਨੂੰ ਸਾਡੇ ਕੋਲ ਪੁੱਛ ਸਕਦੇ ਨੇ ਕੋਈ ਵੀ ਉਹਨਾਂ ਦੀ ਪ੍ਰੋਬਲਮ ਹੋਵੇ, ਜਾਂ ਆਪਾਂ ਇੱਥੇ ਆਉਣ ਤਾਂ ਅਪੁਆਇੰਟਮੈਂਟ ਲੈ ਕੇ ਆ ਸਕਦੇ ਨੇ, ਉਹਨਾਂ ਦਾ ਇਲਾਜ ਉਸ ਹਿਸਾਬ ਨਾਲ ਹੋ ਜਾਏਗਾ। ਹੋ ਜਾਏਗਾ, ਬਿਲਕੁਲ ਜੀ। ਥਿੰਨ ਆਈ ਹੋਸਪਿਟਲ ਜਲੰਧਰ ਦੇ ਵਿੱਚ ਅੱਜ ਅਸੀਂ ਵਿਜ਼ਿਟ ਕੀਤਾ, ਸੋ ਤੁਸੀਂ ਨੰਬਰ ਆ ਗਏ ਨੇ ਤੁਹਾਡੇ ਕੋਲ, ਨੀਚੇ ਫਲੈਸ਼ ਹੋ ਰਹੇ ਨੇ। ਤੁਸੀਂ ਇੰਡੀਆ ਦੇ ਵਿੱਚ ਵਿਜ਼ਿਟ ਕਰ ਰਹੇ ਹੈਗੇ ਹੋ, ਕੋਈ ਵੀ ਅੱਖਾਂ ਦਾ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਦਰਵਾਈਜ਼ ਜੇਕਰ ਤੁਹਾਡੇ ਇੱਥੇ ਵੀ ਰਿਲੇਟਿਵ ਫਰੈਂਡਸ ਕੋਈ ਰਹਿੰਦੇ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਵੀ ਤੁਸੀਂ ਉਹਨਾਂ ਨੂੰ ਵੀ ਸੁਜੈਸਟ ਕਰ ਸਕਦੇ ਹੋ। ਅੱਛਾ ਸਰ, ਹੁਣ ਜਿਵੇਂ ਤੁਸੀਂ ਜੋ ਨਿਊ ਟੈਕਨੀਕ ਦੀ ਗੱਲ ਕੀਤੀ ਹੈਗੀ ਆ, ਸੋ ਇਹਦੇ ਨਾਲ ਕੀ ਪਰਮਾਨੈਂਟ ਸੋਲਿਊਸ਼ਨ ਹੈਗਾ, ਜਾਂ ਫਿਰ ਥੋੜ੍ਹੇ ਸਾਲਾਂ ਬਾਅਦ ਆਪਾਂ ਕੋਈ ਵੀ ਜਦੋਂ ਬਿਮਾਰੀ ਦਾ ਟ੍ਰੀਟਮੈਂਟ ਲੈਂਦੇ ਹਾਂ 2-4-5-6 ਸਾਲਾਂ ਬਾਅਦ ਫਿਰ ਤੋਂ ਬਿਮਾਰੀ ਉੱਭਰ ਪੈਂਦੀ ਹੈ, ਸੋ ਇਹੀ ਅੱਖਾਂ ਦੀ ਬਿਮਾਰੀ ਦੀ ਵੀ ਗੱਲ ਕਰਾਂਗੀ, ਇਹਦੇ ਨਾਲ ਪਰਮਾਨੈਂਟ ਸੋਲਿਊਸ਼ਨ ਹੈ ਜਾਂ ਫਿਰ ਥੋੜ੍ਹੇ ਸਾਲਾਂ ਬਾਅਦ ਦੁਬਾਰਾ ਟ੍ਰੀਟਮੈਂਟ ਲੈਣਾ ਪਏਗਾ? ਜਿੱਥੋਂ ਤੱਕ ਚਿੱਟੇ ਮੋਤੀ ਦੇ ਇਲਾਜ ਦਾ ਤਾਲੁਕ ਹੈ, ਜਦੋਂ ਅਸੀਂ ਲੈਂਸ ਫਿਟ ਕਰਦੇ ਹਾਂ, ਲੈਂਸ ਦੀ ਪਾਵਰ ਚੇਂਜ ਨਹੀਂ ਹੁੰਦੀ, ਔਰ ਅਕਸਰ ਇਹਦੇ ਵਿੱਚ ਕਦੀ ਵੀ ਦੁਬਾਰਾ ਨੰਬਰ ਚੇਂਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਕਹਿੰਦੇ ਪੇਸ਼ੈਂਟ ਇੰਡੀਪੈਂਡੈਂਟ ਹੋ ਜਾਂਦਾ ਹੈ ਚਸ਼ਮੇ ਤੋਂ। ਅਗਰ ਮਾਮੂਲੀ ਜਿਹਾ ਕਦੀ ਚਸ਼ਮੇ ਨੰਬਰ ਹੋਵੇ ਤਾਂ ਹਲਕਾ ਜਿਹਾ ਕਦੀ ਜ਼ਿਆਦਾ ਸਾਹ ਦੇਖਣ ਵਾਸਤੇ ਲਗਾ ਸਕਦਾ, ਆਮ ਤੌਰ 'ਤੇ ਉਹਦੀ ਜ਼ਰੂਰਤ ਨਹੀਂ ਪੈਂਦੀ। ਜਿੱਥੋਂ ਤੱਕ ਸਮਾਈਲ ਜਾਂ ਲੇਸੀ ਦੀ ਗੱਲ ਹੈ, ਉਹ ਅਕਸਰ ਅਸੀਂ ਯੰਗ ਲੋਕਾਂ ਦੇ ਕਰਦੇ ਹਾਂ। 98% ਲੋਕਾਂ ਨੂੰ ਦੂਰ ਵਾਸਤੇ ਚਸ਼ਮਾ ਦੁਬਾਰਾ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। 2% ਲੋਕਾਂ ਦੇ ਵਿੱਚ ਮਾਮੂਲੀ ਚੇਂਜ ਕਦੀ ਵੀ ਆ ਸਕਦਾ ਹੈ, ਅਗਰ ਜ਼ਰੂਰਤ ਪਵੇ ਤਾਂ ਚਸ਼ਮਾ ਲਗਾਇਆ ਜਾ ਸਕਦਾ ਹੈ, ਜਾਂ ਕੰਟੈਕਟ ਲੈਂਸ ਲਗਾ ਸਕਦਾ ਹੈ, ਜਾਂ ਅਗਰ ਉਹ ਦੁਬਾਰਾ ਵੀ ਸਰਜਰੀ ਕਰਵਾਉਣਾ ਚਾਹੁਣ ਤਾਂ ਕਰਵਾ ਸਕਦੇ ਹਨ। ਕੁਛ ਲੋਕ ਦੇ ਨੰਬਰ ਬਹੁਤ ਜ਼ਿਆਦਾ ਹੁੰਦਾ ਹੈ, ਉਹਨਾਂ ਦੇ ਵਿੱਚ ਅਗਰ ਲੇਜ਼ਰ ਜਾਂ ਸਮਾਈਲ ਅਸੀਂ ਨਹੀਂ ਕਰ ਸਕਦੇ ਤਾਂ ICL ਇੱਕ ਵਿਧੀ ਹੈ ਜਿਹਨੂੰ ਅਸੀਂ ਕਰ ਸਕਦੇ ਹਾਂ, ਜਿਹਦੇ ਨਾਲ ਚਸ਼ਮੇ ਤੋਂ ਛੁਟਕਾਰਾ ਮਿਲ ਸਕਦਾ ਹੈ ਜੀ। ਸੋ ਸਰ, ਅਗਰ ਕੁਛ ਲੋਕਾਂ ਨੇ ਕਈ ਵਾਰ ਆਪਰੇਸ਼ਨ ਕਰਾਇਆ ਹੁੰਦਾ ਹੈ ਔਰ ਚਿੱਟੇ ਮੋਤੀ ਦਾ ਔਰ ਲੈਂਸ ਪਾਇਆ ਹੁੰਦਾ ਹੈ, ਔਰ ਉਸ ਤੋਂ ਬਾਅਦ ਵੀ ਕਹਿੰਦੇ ਹਨ ਕਿ ਮੈਨੂੰ ਥੋੜ੍ਹਾ ਬਹੁਤ ਦੂਰ ਦਾ ਔਰ ਨਜ਼ਦੀਕ ਦਾ ਵੀ ਅਗਰ ਠੀਕ ਹੋ ਜਾਵੇ ਤਾਂ, ਉਹਨਾਂ ਨੂੰ ਵੀ ਦੁਬਾਰਾ ਆਪਰੇਸ਼ਨ ਕਰਕੇ ਠੀਕ ਕੀਤਾ ਜਾ ਸਕਦਾ, ਤਾਂ ਕਿ ਉਹ ਦੂਰ ਔਰ ਨੇੜੇ ਦੀ ਨਿਗ੍ਹਾ ਦਾ ਆਨੰਦ ਉਹ ਮਾਣ ਸਕਣ ਜੀ। ਸੋ ਸਰ, ਹੋਰ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਪਰ ਬ੍ਰੇਕ ਦਾ ਟਾਈਮ ਹੋ ਗਿਆ, ਸੋ ਜੀ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਏ, ਪਰ ਤੁਸੀਂ ਜੁੜੇ ਰਹਿਣਾ ਜਸ ਪੰਜਾਬੀ ਦੇ ਨਾਲ, ਨੰਬਰ ਤੁਹਾਡੇ ਕੋਲ ਆ ਗਏ। ਸੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ, ਅਤੇ ਅੱਜ ਅਸੀਂ ਵਿਜ਼ਿਟ ਕੀਤਾ ਜੀ, ਜਿਨ੍ਹਾਂ ਨੇ ਹੁਣੇ ਹੁਣੇ ਟੀਵੀ ਔਨ ਕੀਤਾ, ਦੱਸ ਦਈਏ ਜੀ ਥਿੰਦ ਹੋਸਪਿਟਲ, ਥਿੰਦ ਆਈ ਹੋਸਪਿਟਲ ਜਲੰਧਰ ਦੇ ਵਿੱਚ ਅਸੀਂ ਵਿਜ਼ਿਟ ਕੀਤਾ, ਡਾਕਟਰ JS ਥਿੰਦ ਜੀ ਸਾਡੇ ਨਾਲ ਨੇ। ਸੋ ਅੱਖਾਂ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ, ਉਸ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਟ੍ਰੀਟਮੈਂਟ ਜਿਹੜਾ ਕੀਤਾ ਜਾ ਸਕਦਾ ਹੈਗਾ, ਪਰਮਾਨੈਂਟ ਟ੍ਰੀਟਮੈਂਟ, ਪਰਮਾਨੈਂਟ ਕਿੱਦਾਂ ਸਪੈਕਸ ਨੂੰ ਉਤਾਰਿਆ ਜਾ ਸਕਦਾ, ਜਾਂ ਫਿਰ ਚਿੱਟੇ ਮੋਤੀਏ ਦੀ ਗੱਲ ਕਰੀਏ, ਕਾਲੇ ਮੋਤੀਏ ਦੀ ਗੱਲ ਕਰੀਏ, ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ, ਕਿੱਦਾਂ ਉਹਨਾਂ ਦਾ ਸੋਲਿਊਸ਼ਨ ਹੈਗਾ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਰ। ਸੋ ਕਾਲਰ ਕਾਫੀ ਜ਼ਿਆਦਾ ਵੇਟ ਕਰ ਰਹੇ ਨੇ, ਸੋ ਮੇਰੇ ਸਵਾਲ ਤਾਂ ਰਹਿਣਗੇ, ਨਾਲ ਦੀ ਨਾਲ ਆਪਾਂ ਕਾਲਸ ਵੀ ਲੈਂਦੇ ਰਹਾਂਗੇ, ਸੋ ਤੁਹਾਨੂੰ ਵੀ ਦੱਸ ਦਈਏ ਜੀ ਲਾਈਵ ਸ਼ੋ ਚੱਲ ਰਿਹਾ, ਕਾਲ ਕਰ ਸਕਦੇ ਹੋ ਤੁਸੀਂ। ਸੋ ਨੈਕਸਟ ਕਾਲਰ ਲੈਣੇ ਆ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਿੰਘ ਨਾਲ ਗੱਲ ਕਰ ਸਕਦਾ? ਹਾਂਜੀ ਬਿਲਕੁਲ, ਕਰੋ ਜੀ ਸਵਾਲ ਕਰੋ ਜੀ। ਜੀ ਜੀ, ਫਸਟ ਆਫ ਆਲ ਪ੍ਰੋਗਰਾਮ ਇਜ਼ ਗੋਇੰਗ ਸੋ ਵੈਲ, ਬਹੁਤ ਇਨਫੋਰਮੇਟਿਵ ਹੈਗਾ। ਐਂਡ ਸੈਕੰਡਲੀ, ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਅਕਸਰ ਜਿੱਦਾਂ ਦੂਰ ਔਰ ਨਜ਼ਦੀਕ ਦੀ ਨਜ਼ਰ ਹੁੰਦੀ ਹੈ,
ਔਰ ਥੋੜੀ ਹੈਵੀ ਹੁੰਦੀ ਹੈ, ਆਪਾਂ ਚਸ਼ਮਾ ਪਤਲਾ ਕਰਵਾਉਣ ਵਾਸਤੇ ਥਿਨਰ ਗਲਾਸਿਸ ਕਰਾ ਦਿੰਦੇ ਹਾਂ, ਪਰ ਅਸੀਂ ਜਦੋਂ ਡਾਕਟਰ ਨੂੰ ਪੁੱਛਦੇ ਹਾਂ ਉਹ ਕਹਿੰਦਾ ਕਿ ਜੀ ਤੁਸੀਂ ਜੇ ਸਰਜਰੀ ਕਰਾਓ, ਲੇਜ਼ਰ ਆਈ ਸਰਜਰੀ ਕਰਾਓ ਤਾਂ ਤੁਸੀਂ ਸਿਰਫ ਇੱਕ ਨਜ਼ਰ ਠੀਕ ਹੁੰਦੀ ਹੈ, ਦੂਰ ਦੀ ਨਜ਼ਦੀਕ ਦਾ ਫਿਰ ਵੀ ਲਾਉਣਾ ਪਊਗਾ ਚਸ਼ਮਾ। ਅਤੇ ਮੇਰਾ ਕੁਸ਼ਚਨ ਤੁਹਾਨੂੰ ਇਹ ਹੈਗਾ ਕਿ ਕਿਆ ਇਹ ਗੱਲ ਸਹੀ ਹੈ ਜਾਂ ਦੋਨੋਂ ਨਜ਼ਰਾਂ ਵੀ ਠੀਕ ਕੀਤੀਆਂ ਜਾ ਸਕਦੀਆਂ ਨੇ ਕਿਸੇ ਤਰ੍ਹਾਂ ਦੀ ਸਰਜਰੀ ਦੇ ਨਾਲ? ਤੁਹਾਡਾ ਸਵਾਲ ਬਿਲਕੁਲ ਬਹੁਤ ਅੱਛਾ ਹੈ ਜੀ, ਕਿਉਂਕਿ ਇੱਕ ਉਮਰ ਆਉਂਦੀ ਹੈ 40 ਸਾਲ ਦੀ ਉਮਰ ਤੋਂ ਬਾਅਦ ਜਦੋਂ ਦੂਰ ਦਾ ਚਸ਼ਮਾ ਲੱਗਾ ਹੋਵੇ ਤਾਂ ਨਜ਼ਦੀਕ ਦਾ ਵੀ ਲਗਾਉਣਾ ਪੈਂਦਾ ਹੈ, ਡਬਲ ਚਸ਼ਮਾ ਲਗਾਉਣਾ ਪੈਂਦਾ। ਅਕਸਰ ਤੁਸੀਂ ਦੇਖਿਆ ਹੋਏਗਾ ਕਿ ਡਬਲ ਚੱਕੀ ਵਿੱਚ ਹੁੰਦੀ ਸੀ ਉਹ ਲਗਾਉਂਦੇ ਨੇ, ਜਾਂ ਅੱਜ ਕੱਲ੍ਹ ਪ੍ਰੋਗਰੈਸਿਵ ਗਲਾਸਿਸ ਜਾਂ ਵੈਰੀਫੋਕਲ ਗਲਾਸਿਸ ਲੋਕ ਲਗਾਉਂਦੇ ਹਨ, ਪਰ ਅਕਸਰ ਲੋਕ ਚਸ਼ਮਾ ਨਹੀਂ ਲਗਾਉਣਾ ਚਾਹੁੰਦੇ। ਜਦੋਂ ਤੁਸੀਂ ਪਹਿਲੀ ਚੀਜ਼ ਕਹੀ ਹੈ, ਡਾਕਟਰ ਕਹਿੰਦੇ ਹਨ ਕਿ ਹਾਂ ਸਭ ਦੂਰ ਦਾ ਤਾਂ ਠੀਕ ਹੋ ਸਕਦਾ, ਨਜ਼ਦੀਕ ਦਾ ਰਹਿ ਜਾਂਦਾ। ਹਾਂ, ਕਿਸੇ ਹੱਦ ਤੱਕ ਬਿਲਕੁਲ ਸਹੀ ਹੈ, ਅਸੀਂ ਦੂਰ ਦਾ ਚਸ਼ਮਾ ਤਾਂ ਲੇਜ਼ਰ ਵਿਧੀ ਨਾਲ ਲੇਸਿਕ ਜਾਂ ਸਮਾਈਲ ਦੇ ਨਾਲ ਉਤਾਰ ਹੀ ਦਿੰਦੇ ਹਾਂ, ਪਰ ਅਗਰ ਕੋਈ ਚਾਹਵੇ ਕਿ ਨਜ਼ਦੀਕ ਦਾ ਵੀ ਠੀਕ ਹੋ ਜਾਵੇ ਤਾਂ ਉਹ ਵੀ ਕੀਤਾ ਜਾ ਸਕਦਾ ਹੈ। ਇੱਕ ਵਿਧੀ ਹੈ ਜਿਸ ਨੂੰ ਕਹਿੰਦੇ ਕੈਮਰਾ ਇਨਲੇ ਜਾਂ ਪ੍ਰੈਸਬੀ ਲੈਂਸਿਸ, ਜਿਹਦੇ ਵਿੱਚ ਕਿ ਅਸੀਂ ਕੋਰਨੀਆ ਦੇ ਵਿੱਚ ਡਿਵਾਈਸ ਨੂੰ ਫਿੱਟ ਕਰਦੇ ਹਾਂ, ਖਾਸਕਰ ਇੱਕ ਅੱਖ ਦੇ ਵਿੱਚ, ਉਹਦੇ ਨਾਲ ਦੂਰ ਦਾ ਤਾਂ ਦਿਸਦਾ ਹੀ ਦਿਸਦਾ ਹੈ, ਨਜ਼ਦੀਕ ਦਾ ਵੀ ਨਜ਼ਰ ਠੀਕ ਹੋ ਜਾਂਦੀ, ਆਲਮੋਸਟ 80-90% ਨੇੜੇ ਦੇ ਵੀ ਕੰਮ ਚੱਲਣ ਲੱਗ ਪੈਂਦੇ ਹਨ। ਜਿੱਦਾਂ ਆਪਾਂ ਕਹੀਏ ਕਿ ਫੋਨ ਦੇ ਉੱਤੇ ਫੋਨ ਕਿਹਦਾ ਆਇਆ ਹੈ ਜਾਂ ਫੋਨ ਡਾਇਲ ਕਿਹਨੂੰ ਕਰਨਾ ਹੈ ਜਾਂ ਆਪਣੇ ਕੋਲ ਮੈਸੇਜ ਆਇਆ ਉਹ ਪੜ੍ਹਨਾ ਹੈ ਜਾਂ ਤੁਸੀਂ ਈਮੇਲ ਆਪਦੀ ਚੈੱਕ ਕਰਨੀ ਹੈ ਕੰਪਿਊਟਰ 'ਤੇ ਜਾਂ ਤੁਸੀਂ ਕਾਰ ਡਰਾਈਵ ਕਰ ਰਹੇ ਹੋ ਤਾਂ ਡੈਸ਼ਬੋਰਡ 'ਤੇ ਦੇਖਣਾ ਹੈ ਕੀ ਆਪਦਾ GPS ਸੈੱਟ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਤੁਸੀਂ ਸ਼ਾਪਿੰਗ ਵਾਸਤੇ ਜਾਂਦੇ ਹੋ, ਸਾਰੀ ਚੀਜ਼ ਦੇਖ ਸਕਦੇ ਹੋ। ਹਾਂ, ਬਹੁਤ ਜ਼ਿਆਦਾ ਬਰੀਕ ਪੜ੍ਹਨਾ ਹੋਵੇ ਤਾਂ ਹੋ ਸਕਦਾ ਥੋੜ੍ਹਾ ਬਹੁਤ ਚਸ਼ਮਾ ਲਗਾਉਣਾ ਪਵੇ, ਪਰ 90% ਪੇਸ਼ੈਂਟਸ ਕਰੀਬ ਕਰੀਬ ਸਾਰੇ ਕੰਮ ਬਿਨਾਂ ਚਸ਼ਮੇ ਤੋਂ ਉਹਦੇ ਨਾਲ ਕਰ ਲੈਂਦੇ ਹਨ, ਮਤਲਬ ਤੁਹਾਡਾ ਦੂਰ ਦਾ ਔਰ ਨਜ਼ਦੀਕ ਦਾ ਦੋਨਾਂ ਚਸ਼ਮੇ ਉਤਰ ਸਕਦੇ ਹਨ। ਇਹ ਤਾਂ ਇੱਕ ਤਰੀਕਾ ਹੈ। ਦੂਸਰਾ ਹੁੰਦਾ ਹੈ ਕਿ ਅਗਰ ਕਿਸੇ ਦੀ ਅੱਖ ਫਿੱਟ ਹੋਵੇ, ਮਤਲਬ ਅਸੀਂ ਜਦੋਂ ਇਨਵੈਸਟੀਗੇਟ ਕਰਦੇ ਹਾਂ ਉਹਦੇ ਬਾਅਦ ਅਸੀਂ ਡਿਸਾਈਡ ਕਰਦੇ ਹਾਂ ਕਿ ਕਿਹੜਾ ਤਰੀਕਾ ਕੀਤਾ ਜਾਵੇ ਤਾਂ ਕਿ ਮਰੀਜ਼ ਨੂੰ ਦੂਰ ਦਾ ਔਰ ਨਜ਼ਦੀਕ ਦਾ ਦੋਨਾਂ ਠੀਕ ਦਿੱਤਾ ਰਹੇ। ਇੱਕ ਲੈਂਸ ਆਉਂਦਾ ਹੈ ਜਿਹਨੂੰ ਅਸੀਂ ਕਹਿੰਦੇ ਪ੍ਰੈਸਬੀ ਲੈਂਸ, ਅਸੀਂ ਉਹ ਇੰਪਲੈਂਟ ਕਰ ਦਿੰਦੇ ਹਾਂ ਅੱਖ ਦੇ ਅੰਦਰ, ਉਹਦੇ ਨਾਲ ਦੂਰ ਦਾ ਔਰ ਨਜ਼ਦੀਕ ਦਾ ਦੋਨੇ ਠੀਕ ਹੋ ਜਾਂਦੇ ਹਨ। ਹਾਂ, ਕੋਈ ਵੀ ਚੀਜ਼ ਪਰਫੈਕਟ ਨਹੀਂ ਹੁੰਦੀ, ਥੋੜ੍ਹੀ ਬਹੁਤ ਕਮੀ ਹੁੰਦੀ ਹੈ, ਪਰ ਆਮ ਤੌਰ 'ਤੇ ਆਪਣੇ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਕਿ ਆਪਾਂ ਨੂੰ ਦੂਰ ਦਾ ਔਰ ਨਜ਼ਦੀਕ ਦਾ ਆਮ ਤੌਰ 'ਤੇ ਚਸ਼ਮਾ ਨਾ ਲਗਾਉਣਾ ਪਵੇ। ਕੁਛ ਲੋਕਾਂ ਦੇ ਵਿੱਚ ਜਿੱਦਾਂ ਅਗਰ 55-60 ਸਾਲ ਦੀ ਉਮਰ ਹੈ ਜਾਂ ਆਪਾਂ ਕਹੀਏ ਕਿ ਇੱਕ ਸਟੇਜ ਹੈ ਜਿਹਦੇ 'ਤੇ ਚਿੱਟਾ ਮੋਤੀਆ ਆਉਂਦਾ ਹੈ, ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਹੁਣ ਨਵੇਂ ਲੈਂਸਿਸ ਆ ਗਏ ਹਨ ਜਿਹਦੇ ਅਸੀਂ ਨੈਚੁਰਲ ਲੈਂਸ ਨੂੰ ਕੱਢ ਕੇ ਦੂਸਰਾ ਅਸੀਂ ਲੈਂਸ ਫਿੱਟ ਕਰਦੇ ਹਾਂ ਨਾ, ਉਹਦੇ ਨਾਲ ਦੂਰ ਦੀ ਔਰ ਨਜ਼ਦੀਕ ਦੀ ਦੋਨੇ ਨਿਗਾਹ ਠੀਕ ਹੋ ਜਾਂਦੀਆਂ ਹਨ, ਔਰ ਆਮ ਤੌਰ 'ਤੇ ਇਨਸਾਨ ਨੂੰ ਚਸ਼ਮਾ ਨਹੀਂ ਲਗਾਉਣਾ ਪੈਂਦਾ ਔਰ ਚਸ਼ਮੇ ਤੋਂ ਇੰਡੀਪੈਂਡੈਂਸ ਦਾ ਆਨੰਦ ਮਾਣ ਸਕਦਾ ਹੈ ਜੀ। ਸੋ ਥੈਂਕ ਯੂ ਸੋ ਮਚ ਜੀ ਸਵਾਲ ਕਰਨ ਦੇ ਲਈ। ਸੋ ਜੇਕਰ ਕੋਈ ਵੀ ਇਸ਼ੂ ਹੈਗਾ, ਨੰਬਰ ਤੁਹਾਡੇ ਕੋਲ ਆ ਗਏ ਨੇ ਜੀ, ਤੁਸੀਂ ਕੰਟੈਕਟ ਕਰ ਸਕਦੇ ਹੋ। ਅੱਛਾ ਸਰ, ਜਿਵੇਂ ਤੁਸੀਂ ਦੱਸਿਆ ਕਿ ਅਲੱਗ ਅਲੱਗ ਤਰ੍ਹਾਂ ਦੀਆਂ ਟੈਕਨੀਕਸ ਨੇ, ਹੈ ਨਾ, ਸੋ ਇਹ ਆਪਸ਼ਨ ਦਿੱਤੀਆਂ ਜਾਂਦੀਆਂ ਨੇ ਪੇਸ਼ੈਂਟ ਨੂੰ ਕਿ ਉਹਨਾਂ ਦੇ ਵਿੱਚੋਂ ਜਿਹੜੀ ਉਹ ਚੂਜ਼ ਕਰ ਸਕਦੇ ਨੇ ਜੋ ਉਹਨਾਂ ਨੂੰ ਸੂਟੇਬਲ ਹੋਏਗੀ? ਬਿਲਕੁਲ, ਇਹ ਨਹੀਂ ਹੈ ਕਿ ਹਰ ਚੀਜ਼ ਹਰੇਕ ਵਾਸਤੇ ਨਹੀਂ ਹੈ। ਜਦੋਂ ਸਾਡੇ ਕੋਲ ਮਰੀਜ਼ ਆਉਂਦਾ ਹੈ ਤਾਂ ਪੂਰਾ ਅਸੀਂ ਅੱਖਾਂ ਦਾ ਮੁਆਇਨਾ ਕਰਦੇ ਹਾਂ, ਉਹਦੇ ਵਿੱਚ ਕਈ ਸਟੈਪਸ ਹੁੰਦੇ ਨੇ, ਇੱਕ ਜਨਰਲ ਆਈ ਚੈੱਕਅਪ ਹੁੰਦਾ, ਦੂਸਰੀ ਬਾਇਓਮੈਟਰੀ ਹੁੰਦੀ ਹੈ, ਤੀਸਰੀ ਅਸੀਂ ਕੋਰਨੀਆ ਦੀ ਟੋਪੋਗ੍ਰਾਫੀ ਕਰਦੇ ਹਾਂ, ਔਰ ਸਾਰੇ ਪੈਰਾਮੀਟਰਸ ਨੂੰ ਅੱਖਾਂ ਦੇ ਚੈੱਕ ਕੀਤਾ ਜਾਂਦਾ ਹੈ, ਔਰ ਉਹਦੇ ਵਿੱਚ ਡਿਸਾਈਡ ਕਰਦੇ ਹਾਂ ਕਿ ਕਿਹੜਾ ਆਪਰੇਸ਼ਨ ਕਿਹੜੇ ਮਰੀਜ਼ ਵਾਸਤੇ ਸੂਟੇਬਲ ਹੈ, ਔਰ ਹਰ ਟ੍ਰੀਟਮੈਂਟ ਹਰ ਪੇਸ਼ੈਂਟ ਵਾਸਤੇ ਸੂਟੇਬਲ ਨਹੀਂ ਹੁੰਦਾ। ਅਸੀਂ ਕਹੀਏ ਕਿ ਜਿੱਦਾਂ ਹੁਣ ਬੱਚਾ ਆਇਆ ਸਾਡੇ ਕੋਲ 20-22-23 ਸਾਲ ਦਾ ਹੈਗਾ, ਉਹ ਚਸ਼ਮਾ ਉਤਰਾਉਣਾ ਚਾਹੁੰਦਾ ਹੈ, ਜ਼ਰੂਰੀ ਨਹੀਂ ਹੈ ਕਿ ਉਹਦੇ ਅਸੀਂ ਹਰ ਪ੍ਰੋਸੀਜਰ ਵਾਸਤੇ ਉਹ ਫਿੱਟ ਹੋਵੇ। ਕਈ ਲੋਕ ਲੇਸਿਕ ਵਾਸਤੇ ਫਿੱਟ ਹੁੰਦੇ ਨੇ, ਅਸੀਂ ਕਹਿੰਦੇ ਹਾਂ ਲੇਸਿਕ ਕਰਾ ਲਓ, ਉਹ ਲੇਸਿਕ ਵਾਸਤੇ ਫਿੱਟ ਨਹੀਂ ਹੁੰਦੇ ਤਾਂ ਸਮਾਈਲ ਵਾਸਤੇ ਫਿੱਟ ਹੋ ਸਕਦੇ ਹਨ, ਅਗਰ ਸਮਾਈਲ ਵਾਸਤੇ ਨਹੀਂ ਹੈ ਤਾਂ ਦੂਸਰਾ ਪ੍ਰੋਸੀਜਰ ਅਸੀਂ ਕਹਿੰਦੇ ਟ੍ਰਾਂਸਪੀਅਰ ਕੇ ਉਹ ਕੀਤਾ ਜਾ ਸਕਦਾ, ਜਾਂ ਲੇਸਿਕ ਕੀਤੀ ਜਾ ਸਕਦੀ ਹੈ, ਉਹਦਾ ਚਸ਼ਮਾ ਉਤਰ ਸਕਦਾ ਹੈ। ਕੁਛ ਲੋਕਾਂ ਦੇ ਨੰਬਰ ਜ਼ਿਆਦਾ ਹੁੰਦਾ ਹੈ ਔਰ ਕੋਰਨੀਆ ਥਿਨ ਹੁੰਦੀ ਹੈ, ਉੱਥੇ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਦੂਸਰੀ ਵਿਧੀ ਨਾਲ ਕੀਤਾ, ਜਿਹਨੂੰ ਅਸੀਂ ਕਹਿੰਦੇ ਹਾਂ ICL। ਹਾਂ, ਕਰੀਬ 1-2% ਪੇਸ਼ੈਂਟ ਐਸੇ ਵੀ ਹੁੰਦੇ ਨੇ ਜਿਹਨਾਂ ਨੂੰ ਅਸੀਂ ਮਨ੍ਹਾ ਕਰਦੇ ਹਾਂ ਕਿ ਤੁਹਾਡੇ ਕੁਛ ਨਹੀਂ ਕੀਤਾ ਜਾ ਸਕਦਾ, ਔਰ ਕੁਛ ਲੋਕ ਸਾਡੇ ਕੋਲ ਐਸੇ ਵੀ ਆਉਂਦੇ ਹਨ ਜਿਨ੍ਹਾਂ ਨੂੰ ਕਿ ਅਸੀਂ ਬਿਲਕੁਲ ਹੀ ਮਨ੍ਹਾ ਕਰਦੇ ਹਾਂ ਕਿ ਤੁਹਾਡੇ ਚਸ਼ਮਾ ਉਤਾਰਨ ਵਾਲਾ ਆਪਰੇਸ਼ਨ ਨਹੀਂ ਹੋ ਸਕਦਾ। ਕੁਛ ਲੋਕ ਐਸੇ ਹੁੰਦੇ ਜਿਨ੍ਹਾਂ ਦੇ ਕਿ ਪੁੱਤਰੀ ਦੇ ਵਿੱਚ ਡਿਜ਼ੀਜ਼ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੈਰਾਟੋਕੋਨਸ, ਉੱਥੇ ਅਸੀਂ ਲੇਜ਼ਰ ਵਿਧੀ ਕਿਸੇ ਵੀ ਲੇਜ਼ਰ ਵਿਧੀ ਨਾਲ ਆਪਰੇਸ਼ਨ ਕਰਕੇ ਚਸ਼ਮਾ ਉਤਾਰਨ ਦੀ ਸਲਾਹ ਨਹੀਂ ਦਿੰਦੇ। ਰਾਦਰ ਅਸੀਂ ਕਹਿੰਦੇ ਹਾਂ ਕਿ ਪਹਿਲਾਂ ਤੁਸੀਂ ਇਹਨੂੰ ਸਟੇਬਲ ਕਰਵਾਓ ਕੈਰਾਟੋਕੋਨਸ ਕੰਡੀਸ਼ਨ ਨੂੰ, ਉਸ ਤੋਂ ਬਾਅਦ ਅਸੀਂ ਅੱਗੇ ਚੱਲ ਸਕਦੇ ਹਾਂ ਤਾਂ ਕਿ ਤੁਹਾਨੂੰ ਚੰਗੀ ਨਿਗਾਹ ਦਾ ਆਨੰਦ ਮਿਲ ਸਕੇ। ਔਰ ਜਿੱਦਾਂ ਹੁਣ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ, ਉਹਦੇ ਐਂਟੀਅਰ ਚੈਂਬਰ ਦੀ ਡੈਪਥ ਬਹੁਤ ਘੱਟ ਹੈ ਤਾਂ ਉਹਦੇ ਵਿੱਚ ICL ਵੀ ਫਿੱਟ ਨਹੀਂ ਹੋ ਸਕਦਾ, ਸੋ ਅਸੀਂ ਕਹਿੰਦੇ ਹਾਂ ਕਿ ਤੁਸੀਂ ਲੈਂਸ ਵਾਲਾ ਹੀ ਆਪਰੇਸ਼ਨ ਕਰਵਾ ਸਕਦੇ ਹੋ। ਹੁਣ ਵਧੇਰੇ ਉਮਰ ਹੈ, 40 ਸਾਲ ਤੋਂ ਉੱਪਰ ਉਮਰ ਹੈ, ਦੂਰ ਔਰ ਨਜ਼ਦੀਕ ਦੀ ਦੋਨੇ ਚਸ਼ਮਾ ਲਗਾਉਂਦਾ ਹੈ, ਜਾਂ ਦੂਰ ਦੀ ਨਿਗਾਹ ਠੀਕ ਹੈ, ਨੇੜੇ ਦਾ
ਚੰਗੀ ਨਿਗਾਹ ਮਿਲੇਗੀ ਜੀ। ਸੋ ਪ੍ਰੋਪਰ ਚੈੱਕਅਪ ਕਰਕੇ ਫਿਰ ਹੀ ਉਹਨਾਂ ਨੂੰ ਜਿਹੜਾ ਦੱਸਿਆ ਜਾਂਦਾ ਹੈ। ਅੱਛਾ ਸਰ, ਇੱਕ ਸਵਾਲ ਜਿਵੇਂ ਰਹੇਗਾ ਕਿ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਬਾਹਰੋਂ ਦੇਖ ਰਹੇ ਨੇ, ਖਾਸ ਕਰਕੇ ਉਹਨਾਂ ਨੂੰ ਇਹ ਪ੍ਰੋਬਲਮ ਕਾਫੀ ਜ਼ਿਆਦਾ ਆਉਂਦੀ ਹੈ ਕਿ ਕਈ ਵਾਰ ਲਿਮਿਟ ਟਾਈਮ ਹੁੰਦਾ ਉਹਨਾਂ ਕੋਲ, ਘੱਟ ਟਾਈਮ ਹੁੰਦਾ ਇੱਥੇ ਆਏ, ਸੋ ਕਿੰਨੀ ਕੁ ਦੇਰ ਦੇ ਵਿੱਚ ਟ੍ਰੀਟਮੈਂਟ ਹੋ ਜਾਂਦਾ, ਉਸ ਤੋਂ ਬਾਅਦ ਕਿੰਨੀ ਦੇਰ ਤੋਂ ਬਾਅਦ ਉਹਨਾਂ ਨੂੰ ਡਿਸਚਾਰਜ ਮਿਲ ਜਾਏਗਾ ਹੋਟਲ ਹੋਸਪਿਟਲ ਤੋਂ? ਜਿੱਥੋਂ ਤੱਕ ਤਾਲੁਕ ਹੈ ਆਪਣੇ ਰਿਫਰੈਕਟਿਵ ਸਰਜਰੀ ਦਾ ਜਾਂ ਰਿਫਰੈਕਟਿਵ ਕੈਟਰਕਟ ਸਰਜਰੀ ਦਾ, ਉਹਦੇ ਵਿੱਚ ਤਾਂ ਜਿੰਨੀ ਵੀ ਟ੍ਰੀਟਮੈਂਟ ਹੁੰਦੀ ਹੈ ਸਾਰੀ ਡੇ ਕੇਅਰ ਹੁੰਦੀ ਹੈ। ਜਦੋਂ ਤੁਸੀਂ ਆਉਂਦੇ ਹੋ ਤੁਹਾਨੂੰ ਡਾਇਬਟੀਜ਼ ਨਹੀਂ ਹੈ ਜਾਂ ਤੁਹਾਨੂੰ ਹਾਈਪਰਟੈਂਸ਼ਨ ਨਹੀਂ ਹੈ, ਜਾਂ ਅਗਰ ਹੈ ਤਾਂ ਉਹ ਕੰਟਰੋਲ 'ਚ ਹੈ, ਆਪਰੇਸ਼ਨ ਤੋਂ ਬਾਅਦ ਅਸੀਂ ਟਾਈਮ ਦੇ ਦਿੰਦੇ ਹਾਂ, ਆ ਕੇ ਆਪਰੇਸ਼ਨ ਕਰਵਾ ਕੇ ਔਰ ਵਾਪਸ ਚਲੇ ਜਾਣਾ ਹੈ, ਔਰ ਅਗਲੇ ਦਿਨ ਅਸੀਂ ਤੁਸੀਂ ਫੋਲੋਅਪ ਵਾਸਤੇ ਆਉਣਾ ਹੈ। ਔਰ ਉਸ ਤੋਂ ਬਾਅਦ ਜਿੱਦਾਂ ਚਿੱਟੇ ਮੋਤੀ ਦਾ ਆਪਰੇਸ਼ਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਤੁਸੀਂ ਜਦੋਂ ਜਾਣ ਤੋਂ ਪਹਿਲਾਂ ਜਾਂ ਰਿਫਰੈਕਟਿਵ ਸਰਜਰੀ ਤੋਂ ਬਾਅਦ ਜਾਣ ਤੋਂ ਪਹਿਲਾਂ ਦੁਬਾਰਾ ਇੱਕ ਵਾਰੀ ਚੈੱਕਅਪ ਜ਼ਰੂਰ ਕਰਾ ਜਾਣਾ ਹੈ। ਹੋਸਪਿਟਲ ਵਿੱਚ ਸਟੇਅ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਅਗਲੇ ਦਿਨ ਤੋਂ ਇੰਡੀਪੈਂਡੈਂਟ ਹੁੰਦੇ, ਤੁਸੀਂ ਕਿਸੇ ਵੀ ਵਿਜ਼ਿਟ ਕਰ ਸਕਦੇ ਹੋ, ਕਿਤੇ ਵੀ ਜਾ ਸਕਦੇ ਹੋ ਔਰ ਕੋਈ ਵੀ ਤੁਸੀਂ ਕੰਮ ਕਰ ਸਕਦੇ ਹੋ। ਸੋ ਤੁਹਾਨੂੰ ਆਪਣੇ ਕੰਮ ਨੂੰ ਰਿਸਟ੍ਰਿਕਟ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ। ਬਹੁਤ ਲੋਕ ਆਉਂਦੇ ਹਨ, ਉਹ ਆ ਕੇ ਕਰਵਾ ਕੇ ਬਾਕੀ ਸਾਰੇ ਕੰਮ ਕਰਦੇ ਹਨ, ਕੁਛ ਲੋਕ ਜਾਣ ਤੋਂ ਪਹਿਲਾਂ ਕਰਵਾ ਕੇ ਜਾਂਦੇ ਹਨ। ਸੋ ਜਿਸ ਤਰ੍ਹਾਂ ਵੀ ਉਹਨਾਂ ਦਾ ਪਲਾਨ ਹੋਵੇ ਉਸ ਤਰ੍ਹਾਂ ਉਹ ਕਰ ਸਕਦੇ ਹਨ। ਅਗਰ ਫੋਲੋਅਪ ਵਿਜ਼ਿਟ ਹੋ ਸਕੇ ਜਾਣ ਤੋਂ ਪਹਿਲਾਂ ਤਾਂ ਬਹੁਤ ਹੀ ਚੰਗੀ ਗੱਲ ਹੈ, ਤਾਂ ਕਿ ਉਹ ਵੀ ਖੁਸ਼ ਰਹਿਣਗੇ ਔਰ ਅਸੀਂ ਵੀ ਐਜ਼ ਏ ਡਾਕਟਰ ਸ਼ਾਂਤੀ ਨਾਲ ਰਹਾਂਗੇ ਕਿ ਸਾਡਾ ਮਰੀਜ਼ ਬਿਲਕੁਲ ਠੀਕ ਹੈ ਔਰ ਆਮ ਤੌਰ 'ਤੇ ਕਿਸੇ ਮਰੀਜ਼ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਬਿਲਕੁਲ ਜੀ। ਸੋ ਜੀ, ਨੰਬਰ ਆ ਗਏ ਨੇ, ਫਲੈਸ਼ ਹੋ ਰਹੇ ਨੇ ਨੀਚੇ, ਨੋਟ ਕਰਕੇ ਰੱਖ ਲਓ ਜੀ। ਅਥਿੰਦਾਈ ਹੋਸਪਿਟਲ ਜਲੰਧਰ ਦੇ ਵਿੱਚ ਹੈ, ਵਿਜ਼ਿਟ ਕਰ ਸਕਦੇ ਹੋ ਤੁਸੀਂ। ਅੱਛਾ ਸਰ, ਇੱਕ ਗੱਲ ਹੋਰ ਹੁੰਦੀ ਜੋ ਸਾਡੇ ਐਬਰੋਡ ਦੇ ਵਿਅਰਸ ਨੂੰ ਹਮੇਸ਼ਾ ਆਪਾਂ ਕਹਿ ਸਕਦੇ ਹਾਂ, ਜਿੰਨੇ ਵੀ NRI ਨੇ ਉਹਨਾਂ ਨੂੰ ਫੇਸ ਕਰਨੀ ਪੈਂਦੀ, ਇੰਡੀਆ ਵਿੱਚ ਆਉਂਦੇ ਨੇ ਚਾਹੇ ਕਿਤੇ ਵੀ ਜਾਣ, ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਹੁੰਦਾ ਕਿ ਸਾਨੂੰ ਤਾਂ ਲੁੱਟ ਰਹੇ ਨੇ ਵੀ, ਮਤਲਬ ਕਿ ਹਰੇਕ ਚੀਜ਼ ਦੇ ਵਿੱਚ, ਚਾਹੇ ਉਹ ਹੋਸਪਿਟਲ ਜਾ ਰਹੇ ਨੇ ਚਾਹੇ ਕਿਸੇ ਵੀ ਜਗ੍ਹਾ 'ਤੇ, ਉਹਨਾਂ ਦਾ ਰੇਟ ਕਾਰਡ ਅਲੱਗ ਹੁੰਦਾ ਹੈ ਅਤੇ ਇੰਡੀਅਨਸ ਦਾ ਰੇਟ ਕਾਰਡ ਅਲੱਗ ਹੁੰਦਾ ਹੈ। ਸੋ ਗੱਲ ਟ੍ਰਾਂਸਪੇਰੈਂਸੀ ਦੀ ਜਿਹੜੀ ਆ ਜਾਂਦੀ ਹੈ, ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਗੱਲ ਬਿਲਕੁਲ ਸਹੀ ਹੈ, ਇੱਕ ਪੰਜਾਬੀ ਦੀ ਕਹਾਵਤ ਹੈ, ਮੂੰਹ ਦੇਖ ਕੇ ਥੱਪੜ ਮਾਰਨਾ ਜੀ, ਕਿ ਜਿਹੋ ਜਿਹਾ ਬੰਦਾ ਹੈ ਉਹਦੇ ਕੋਲੋਂ ਅਸੀਂ ਚਾਰਜਿਸ ਲੈ ਲੈਣਾ। ਆਪਾਂ ਆਮ ਤੌਰ 'ਤੇ ਕਿਤੇ ਸ਼ੋਪਿੰਗ ਵਾਸਤੇ ਜਾਂਦੇ ਹਾਂ ਅਤੇ ਉਹਨੂੰ ਸਾਰੇ ਲੋਕ ਮਹਿਸੂਸ ਕਰਦੇ ਹਨ, ਪਰ ਇਸ ਚੀਜ਼ ਨੂੰ ਅਸੀਂ ਇੱਕ ਤਰ੍ਹਾਂ ਅਸੀਂ ਰੱਖਿਆ ਕਿ ਹੋਸਪਿਟਲ ਦੇ ਵਿੱਚ ਸਾਡੇ ਇਹ ਸਾਰਾ ਕੰਮ ਨਾ ਹੋਵੇ। ਸਾਡੇ ਹੋਸਪਿਟਲ ਦੇ ਵਿੱਚ ਹਰ ਚੀਜ਼ ਦੀ ਰੇਟ ਲਿਸਟ ਬਣੀ ਹੋਈ ਹੈ ਔਰ ਉਹ ਹਰ ਚੈਂਬਰ ਦੇ ਵਿੱਚ, ਹਰ ਜਗ੍ਹਾ 'ਤੇ, ਹਰ ਕਮਰੇ ਦੇ ਵਿੱਚ ਹੁੰਦੀ ਹੈ ਔਰ ਡਿਸਪਲੇ ਹੁੰਦੀ ਹੈ ਹੋਸਪਿਟਲ ਦੇ ਵਿੱਚ ਮੇਨ ਜਗ੍ਹਾ 'ਤੇ, ਤਾਂ ਕਿ ਮਰੀਜ਼ ਨੂੰ ਜਿਹੜਾ ਉਹ ਆਪਰੇਸ਼ਨ ਕਰਾਉਣ ਜਾ ਰਿਹਾ ਉਹਦੇ ਬਾਰੇ ਪਤਾ ਹੋਵੇ ਕਿ ਆਹ ਤਾਂ ਆਪਰੇਸ਼ਨ ਦੇ ਚਾਰਜਿਸ ਇਹ ਨੇ ਜੀ। ਸਾਡੇ ਇਹ ਵੇਰੀਏਸ਼ਨ ਨਹੀਂ ਹੁੰਦਾ ਕਿ ਪੇਸ਼ੈਂਟ ਦੀ ਜੇਬ 'ਚ ਪੈਸਾ ਹੈ ਜਾਂ ਨਹੀਂ, ਸਾਰਿਆਂ ਨੂੰ ਉਹ ਹੀ ਰੇਟ ਲਿਸਟ ਅਵੇਲੇਬਲ ਹੁੰਦੀ ਹੈ। ਮਰੀਜ਼ ਉਹਦੇ ਵਿੱਚੋਂ ਚੂਜ਼ ਕਰ ਸਕਦਾ ਹੈ ਕਿ ਕਿਹੜਾ ਉਹਨਾਂ ਨੇ ਟ੍ਰੀਟਮੈਂਟ ਕਰਵਾਉਣਾ ਹੈ। ਨੈਕਸਟ ਸਾਡੇ ਇੱਥੇ ਕਾਉਂਸਲਰ ਬੈਠਦਾ ਹੈ, ਉਹ ਸਾਰੀ ਪੂਰੀ ਰੇਟ ਲਿਸਟ ਦਿੰਦਾ ਹੈ ਔਰ ਦੱਸਦਾ ਹੈ ਕਿ ਤੁਹਾਡੇ ਵਾਸਤੇ ਆਹ ਪ੍ਰੋਸੀਜਰ ਬਿਹਤਰ ਹੈ ਜਾਂ ਜਿਹੜਾ ਆਹ ਲੈਂਸ ਹੈ ਜਿਹਦੇ ਨਾਲ ਤੁਸੀਂ ਕਰਾਓ ਜਾਂ ਰਿਫਰੈਕਟਿਵ ਸਰਜਰੀ ਜਿਹਦੇ ਨਾਲ ਤੁਸੀਂ ਕਰਵਾਓ, ਉਹਦੀ ਰੇਟ ਲਿਸਟ ਦਿੱਤੀ ਜਾਂਦੀ ਹੈ, ਉਹਦੀ ਕੰਸੈਂਟ ਸਾਈਨ ਕਰਵਾਉਣ ਦੀ, ਉਸ ਤੋਂ ਬਾਅਦ ਉਹ ਆਪਰੇਸ਼ਨ ਕੀਤਾ ਜਾਂਦਾ ਹੈ। ਅਗਰ ਲੈਂਸ ਹੈ ਤਾਂ ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਆਹ ਲੈਂਸ ਹੈ ਜੀ, ਇਹਦਾ ਆਹ ਇਸ ਤਰ੍ਹਾਂ ਦਾ ID ਕਾਰਡ ਹੈ, ਇਹਦਾ ਆਹ ਨੰਬਰ ਹੈ, ਤੁਹਾਡੇ ਆਪਰੇਸ਼ਨ ਤੋਂ ਬਾਅਦ ਉਹਦਾ ਸਟਿੱਕਰ, ਉਹਦਾ ID ਕਾਰਡ ਤੁਹਾਡੇ ਕੋਲ ਹੋਏਗਾ, ਉਹਨੂੰ ਤੁਸੀਂ ਕਦੀ ਵੀ ਚੈੱਕ ਕਰ ਸਕਦੇ ਹੋ ਕਿ ਇਹੀ ਹੀ ਲੈਂਸ ਮੇਰੇ ਪਾਇਆ ਗਿਆ ਹੈ। ਜਿਹੜਾ ਆਪਰੇਸ਼ਨ ਅਸੀਂ ਕਰਦੇ ਹਾਂ ਉਹਦੇ ਬਾਰੇ ਪੂਰੀ ਵੀਡੀਓ ਦਿਖਾਈ ਜਾਂਦੀ ਹੈ, ਤਾਂ ਕਿ ਤੁਸੀਂ ਦੇਖ ਲਵੋ ਕਿ ਇਹ ਆਪਰੇਸ਼ਨ ਤੁਹਾਡਾ ਇਸ ਤਰ੍ਹਾਂ ਹੋਣਾ। ਉਹਨਾਂ ਦੇ ਅਟੈਂਡੈਂਟ, ਜਦੋਂ ਅਸੀਂ ਆਪਰੇਸ਼ਨ ਕਰਦੇ ਹਾਂ ਸਾਡੇ ਵਿਊਅਰਸ ਗੈਲਰੀ ਬਣੀ ਹੋਈ ਹੈ ਅਤੇ ਅਟੈਂਡੈਂਟਸ ਉੱਥੇ ਬੈਠ ਕੇ ਸਾਰੇ ਆਪਰੇਸ਼ਨ ਦੇਖ ਸਕਦੇ ਹਨ, ਤਾਂ ਕਿ ਉਹਨਾਂ ਨੂੰ ਹੋਵੇ ਕਿ ਉਹੀ ਡਾਕਟਰ ਜਿਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਸੀ ਆਪਰੇਸ਼ਨ ਕਰ ਰਿਹਾ ਹੈ, ਜਾਂ ਉਹੀ ਆਪਰੇਸ਼ਨ ਹੋ ਰਿਹਾ ਜਿਸ ਤਰ੍ਹਾਂ ਦਿਖਾਇਆ ਗਿਆ ਸੀ ਸਾਨੂੰ ਵੀਡੀਓ ਦੇ ਵਿੱਚ ਆਪਰੇਸ਼ਨ ਤੋਂ ਪਹਿਲਾਂ, ਉਹਦੇ ਵਿੱਚ ਕੋਈ ਚੇਂਜ ਤਾਂ ਨਹੀਂ ਹੈ। ਔਰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਉੱਥੇ ਅੱਖਾਂ ਦਾ ਆਪਰੇਸ਼ਨ ਚੱਲ ਰਿਹਾ ਹੈ, ਆਮ ਬੰਦੇ ਉਹਦੀ ਜਾਣਕਾਰੀ ਨਹੀਂ ਹੈ, ਉਹ ਕਹੇਗਾ ਕਿ ਮੇਰੇ ਵਾਸਤੇ ਤਾਂ ਫੋਰਨ ਲੈਂਗੁਏਜ ਹੈ ਜਿਹੜੀ ਉੱਥੇ ਚੱਲ ਰਹੀ, ਜਦੋਂ ਫੋਰਨ ਲੈਂਗੁਏਜ ਦੀ ਮੂਵੀ ਹੋਵੇ ਕਿ ਮੈਨੂੰ ਦਿਖਾ ਤਾਂ ਮੈਨੂੰ ਕੀ ਪਤਾ ਸੀ ਕੀ ਹੈ ਜੀ। ਸਾਡੇ ਇੱਕ ਆਪਟੋਮੈਟ੍ਰਿਸਟ ਉੱਥੇ ਵਿਊਅਰਸ ਦੇ ਨਾਲ ਬੈਠਦਾ ਹੈ ਔਰ ਸਾਰੇ ਸਟੈਪ ਨੂੰ ਜਿੱਦਾਂ ਕਿ ਕਾਉਂਸਲਰ ਨੇ ਦੱਸਿਆ ਸੀ ਉਸੇ ਤਰ੍ਹਾਂ ਉੱਥੇ ਐਕਸਪਲੇਨ ਕੀਤਾ ਜਾਂਦਾ ਕਿ ਤੁਹਾਨੂੰ ਉੱਥੇ ਦਿਖਾਇਆ ਗਿਆ ਸੀ ਆਹ ਹੀ ਸਟੈਪਸ, ਦੇਖੋ ਇੱਥੇ ਆਪਰੇਸ਼ਨ ਹੋ ਰਿਹਾ ਹੈ। ਉਸ ਤੋਂ ਬਾਅਦ ਮਰੀਜ਼ ਨੂੰ ਪੂਰੀ ਤਰ੍ਹਾਂ ਸਮਝਾਇਆ ਜਾਂਦਾ ਹੈ ਔਰ ਹਰ ਚੀਜ਼ ਨਾਲ ਦਿੱਤੀ ਜਾਂਦੀ ਹੈ ਤਾਂ ਕਿ ਉਹਦੇ ਕੋਲ ਉਹ ਰਵੇ। ਮਤਲਬ ਅਸੀਂ ਪੂਰਾ ਟ੍ਰਾਂਸਪੇਰੈਂਸੀ ਮੈਂਟੇਨ ਕਰਦੇ ਹਾਂ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸਾਨੂੰ ਜੋ ਕਿਹਾ ਗਿਆ ਸੀ ਉਹ ਦਿੱਤਾ ਗਿਆ ਹੈ ਜਾਂ ਨਹੀਂ। ਬਿਲਕੁਲ, ਸੋ ਬਹੁਤ ਜ਼ਰੂਰੀ ਹੈਗੀ ਆ, ਚਾਹੇ ਉਹ ਅਸੀਂ ਪੇਮੈਂਟ ਨੂੰ ਲੈ ਕੇ ਗੱਲ ਕਰਦੇ ਹੈਗੇ ਆ, ਚਾਹੇ ਟ੍ਰੀਟਮੈਂਟ ਨੂੰ ਲੈ ਕੇ ਗੱਲ ਕਰਦੇ ਆ ਕਿ ਕਿਆ ਕੁਛ ਹੋਰ ਜਾਂਦਾ ਅਤੇ ਕੀਤਾ ਕੁਛ ਹੋਰ ਜਾਂਦਾ ਹੈਗਾ। ਸੋ ਫੁੱਲ ਟ੍ਰਾਂਸਪੇਰੈਂਸੀ ਜਿਹੜੀ ਤੁਹਾਨੂੰ ਉੱਥੇ ਦਾਈ ਹੋਸਪਿਟਲ ਦੇ ਵਿੱਚ ਮਿਲੇਗੀ। ਸੋ ਵੀਅਰਸ, ਬਹੁਤ ਟਾਈਮ ਦਾ ਬਹੁਤ ਸਾਰੇ ਵੀਅਰਸ ਵੇਟ ਕਰ ਰਹੇ ਨੇ,
ਇਹ ਮੇਰਾ ਸਵਾਲ ਇਹ ਹੈ ਜੀ ਵੀ ਜਿਸ ਤਰ੍ਹਾਂ ਮੇਰੀ ਉਮਰ 67 ਈਅਰ ਆ, ਅਸੀਂ ਉਹ ਅਸੀਂ ਲੇਜ਼ਰ ਕਰਾ ਸਕਦੇ ਹਾਂ ਜਾਂ ਸਾਨੂੰ ਲੈਂਜ ਹੀ ਪਾਉਣੇ ਪੈਣਗੇ? 67 ਈਅਰਸ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਤੁਸੀਂ ਆਓਗੇ, ਅਸੀਂ ਪੂਰਾ ਤੁਹਾਡੀ ਅੱਖਾਂ ਦਾ ਮੁਆਇਨਾ ਕਰਾਂਗੇ, ਤੁਹਾਡੇ ਪੂਰਾ ਆਈ ਚੈੱਕਅਪ ਹੋਣ ਤੋਂ ਬਾਅਦ ਹਰ ਚੀਜ਼ ਨੂੰ ਦੇਖਿਆ ਜਾਏਗਾ। ਅਗਰ ਤੁਹਾਡੇ ਚਿੱਟੇ ਮੂਤੇ ਦੇ ਜਾਂ ਕੋਈ ਵੀ ਐਸੇ ਚੇਂਜਸ ਅੱਖ ਦੇ ਵਿੱਚ ਹੋਣਗੇ ਤਾਂ ਅਸੀਂ ਲੈਂਸ ਵਾਲਾ ਓਪਰੇਸ਼ਨ ਐਡਵਾਈਸ ਕਰਾਂਗੇ। ਅਗਰ ਉਹ ਨਹੀਂ ਹੈ ਤਾਂ ਤੁਸੀਂ ਚਸ਼ਮਾ ਉਤਾਰਨ ਵਾਸਤੇ ਆਪਾਂ ਸੂਟੇਬਲ ਟੈਕਨੀਕ ਦੇ ਨਾਲ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡੇ ਵਾਸਤੇ ਇਹ ਬਿਹਤਰ ਰਹੇਗਾ। ਬਿਨਾਂ ਚੈੱਕਅਪ ਕੀਤਿਆਂ ਇਸ ਚੀਜ਼ ਨੂੰ ਡਿਸਾਈਡ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਹਾਂ, ਚਸ਼ਮਾ ਤਾਂ ਉਤਰ ਜਾਏਗਾ, ਕਿਸ ਵਿਧੀ ਨਾਲ ਉਤਰਨਾ ਹੈ ਉਸ ਪੂਰੇ ਮੁਆਇਨੇ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਇਸ ਤਰੀਕੇ ਨਾਲ ਤੁਹਾਡਾ ਚਸ਼ਮਾ ਪੂਰੀ ਤਰ੍ਹਾਂ ਉਤਰ ਸਕਦਾ ਹੈ। ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਥੈਂਕ ਯੂ। ਸੋ ਨੈਕਸਟ ਕਾਲਰ, ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? This is for the doctor. Yes, I'm on the line. Yes. Achha ji, main puchna si that my mom has dry eye syndrome, where she's itching a lot and it's paining a lot. We're actually from New York and I did get surgery from you. So I wanted to just check with you what's the best options for her. She should get her eye checked thoroughly with the eye specialist, maybe there or maybe here. If she's here in India, she can come to us, or maybe there in at your place, you can go to eye specialist. They will check what is the cause of dryness in the eye. Usually it is the age, so they have to give you a lubricating drop. They will give it to you or some other medicine that is required. So she can continue with the treatment and enjoy the good vision. Yes, doctor, she's been taking medication. They gave her refresh lubricant eye drops, but nothing is helping her. That is what it is. Like they will have to look into, it is lubricating drops only. The frequency is to be increased. If there is some other cause, that can be treated. You can again visit the doctor. If there is something else, that can be definitely taken care of. They can make her better, may not give her the 100% cure, but they can make her see better. Thank you. ਸੋ ਬਿਲਕੁਲ ਜੀ, ਨੰਬਰ ਜੋ ਹੈ ਫਲੈਸ਼ ਹੋ ਰਹੇ ਨੇ ਇੱਥੇ ਦਾਈ ਹੋਸਪਿਟਲ ਜਲੰਧਰ ਦੇ ਵਿੱਚ, ਅੱਜ ਅਸੀਂ ਵਿਜ਼ਿਟ ਕੀਤਾ ਅਤੇ ਨੰਬਰ ਵੀ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ। ਤੁਸੀਂ ਨੋਟ ਕਰਕੇ ਰੱਖੋ ਜੀ, ਆਪਣੇ ਕੋਲ ਇੰਡੀਆ ਆਉਣ ਦਾ ਪਲਾਨ ਹੈ ਅਤੇ ਤੁਸੀਂ ਕੋਂਟੈਕਟ ਕਰਕੇ ਜਿਹੜਾ ਹੈਗਾ ਵਿਜ਼ਿਟ ਵੀ ਕਰ ਸਕਦੇ ਹੋ। ਅਦਰਵਾਈਜ਼ ਇੱਥੇ ਜੇਕਰ ਤੁਹਾਡਾ ਕੋਈ ਆਪਣਾ ਰਹਿੰਦਾ ਹੈਗਾ, ਉਹਨਾਂ ਨੂੰ ਕੋਈ ਵੀ ਇਸ਼ੂ ਹੈ ਤਾਂ ਸੁਜੈਸਟ ਕਰ ਸਕਦੇ ਹੋ। ਸੋ ਸਰ, ਇੱਕ ਸਵਾਲ ਜਿਵੇਂ ਰਹੇਗਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਡਾਇਬਟੀਜ਼, ਬਲੱਡ ਪ੍ਰੈਸ਼ਰ, ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ, ਸੋ ਇੱਦਾਂ ਦਾ ਕੋਈ ਹੈਲਥ ਇਸ਼ੂ ਹੈਗਾ ਤਾਂ ਫਿਰ ਟ੍ਰੀਟਮੈਂਟ ਕੀਤਾ ਜਾ ਸਕਦਾ, ਸਰਜਰੀ ਕੀਤੀ ਜਾ ਸਕਦੀ ਹੈ? ਜਿੱਦਾਂ ਯੈਸ, ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ, ਡਾਇਬਟੀਜ਼ ਇਜ਼ ਵੈਰੀ ਕਾਮਨ ਨਾਓਡੇਜ਼। ਰਾਦਰ ਇੰਡੀਆ ਨੂੰ ਕਿਹਾ ਜਾਏ ਤਾਂ ਇੰਡੀਅਨਸ ਦੇ ਆਰ ਵੈਰੀ ਮੱਚ ਪ੍ਰੋਨ ਟੂ ਡਾਇਬਟੀਜ਼। ਔਰ ਡਾਇਬਟੀਜ਼ ਜਦੋਂ ਹੁੰਦੀ ਹੈ 10 ਸਾਲ ਪੁਰਾਣੀ ਹੋਵੇ ਤਾਂ ਡਾਇਬਟਿਕ ਰੈਟਨੋਪੈਥੀ ਹੁੰਦੀ ਹੈ, ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ। ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ, ਉਹਦੇ ਵਿੱਚ ਸਾਰਾ ਮੁਆਇਨਾ ਕਰਨ ਤੋਂ ਮਗਰੋਂ ਅਸੀਂ ਟ੍ਰੀਟਮੈਂਟ ਐਡਵਾਈਸ ਕਰਦੇ ਹਾਂ। ਅਗਰ ਜ਼ਰੂਰਤ ਹੋਵੇ ਤਾਂ ਇੰਜੈਕਸ਼ਨ ਜਾਂ ਲੇਜ਼ਰ ਜਾਂ ਫਿਰ ਸਰਜਰੀ, ਕੁਛ ਵੀ ਕੀਤੇ ਜਾ ਸਕੇ ਤਾਂ ਕਿ ਮਰੀਜ਼ ਦੀ ਨਿਗਾਹ ਨੂੰ ਉਹਦੇ ਨਾਲ ਲੰਬੇ ਸਮੇਂ ਤੱਕ ਚਲਾਇਆ ਜਾ ਸਕੇ। ਜੀ, ਸੋ ਨੈਕਸਟ ਇੱਕ ਹੋਰ ਕਾਲਰ ਲੈ ਲੈਂਦੇ ਹਾਂ। ਹੈਲੋ 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 ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੀ ਸਵਾਲ ਹੈ? ਮੈਂ ਸਵਾਲ ਡਾਕਟਰ ਸਿੰਘ ਦਾ ਕਰਨਾ ਸਵਾਲ। ਹਾਂਜੀ ਹਾਂਜੀ, ਬਿਲਕੁਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਿੰਘ ਸਾਹਿਬ, ਮੈਂ ਕੁਨਰ ਸਿੰਘ ਹੈ। ਮੈਂ ਤੁਹਾਡੇ ਕੋਲ 2003 ਵਿੱਚ ਇੱਕ ਲੈਫਟ ਆਈ ਦਾ ਪੇਸ਼ੈਂਟ ਆਇਆ ਸੀ ਜੀ, ਐਂਡ ਚਿੱਟੇ ਮੋਤੀ ਤੇ ਇੱਕ ਰਿਹਾ ਸੀ 2006 ਵਿੱਚ। ਅੱਛਾ ਜੀ, ਉਹਦੇ ਵਿੱਚ ਕੀ ਹੋਇਆ? ਮੈਨੂੰ ਬਾਅਦ 'ਚ ਉਹ ਪ੍ਰੋਬਲਮ ਆ ਰਹੀ ਹੈ ਕਿ ਉਹ, ਮੈਂ ਤੁਹਾਨੂੰ ਚੈੱਕਅਪ ਵੀ ਕਰਵਾਉਂਦਾ ਜੀ, ਤੁਸੀਂ ਮੈਨੂੰ ਕਿਹਾ ਸੀ ਉਸ ਹਿਸਾਬ ਨਾਲ ਕਿ ਉਹ ਪ੍ਰੋਬਲਮ ਇਹ ਆ ਰਹੀ ਹੈ ਕਿ ਇਹਦੇ ਵਿੱਚ ਕਿ ਇੱਕ ਤਾਂ ਉਹ 'ਚ ਮੋਹਰੇ ਜਵਾ ਜਿਹਾ ਅੱਖ ਦੇ ਵਿੱਚ ਦੋਨੋਂ ਪਾਸੇ ਦੋਨੋਂ ਆਈ ਜੀ, ਅਤੇ ਉਹ ਕਈ ਵਾਰੀ ਵਿੱਚ ਘੁੰਮਦਾ ਵੀ, ਅਤੇ ਮੈਂ ਉਹ ਫਿਰ ਮੇਰੀ ਜਦੋਂ ਮੈਂ ਡਰਾਈਵ ਕਰਦਾ ਤਾਂ ਮੈਂ ਉਹ ਚੀਜ਼ ਪੜ੍ਹਦਾ ਅਤੇ ਉਹ ਚੀਜ਼ ਅੱਗੇ ਆਉਣ ਕਰਕੇ ਤਾਂ ਮੈਂ ਉਹਨੂੰ ਕੋਈ ਤਰ੍ਹਾਂ ਦੇਖ ਨਹੀਂ ਸਕਦਾ। ਬਿਲਕੁਲ ਤੁਹਾਡਾ ਸਵਾਲ ਸਹੀ ਹੈ ਜੀ। ਇਹ ਚੀਜ਼ ਜਿਹਨੂੰ ਅਸੀਂ ਕਹਿੰਦੇ ਵਿਟਰਸ ਫਲੋਟਰ, ਇਹ ਚੀਜ਼ ਕਿਸੇ ਦੇ ਵੀ ਹੋ ਸਕਦੀ ਹੈ। ਉਹਦੇ ਵਾਸਤੇ ਤੁਸੀਂ ਅੱਖਾਂ ਦਾ ਮੁਆਇਨਾ ਪਰਦੇ ਦੇ ਮਾਹਰ ਡਾਕਟਰ ਕੋਲ ਕਰਵਾ ਲਵੋ। ਅਗਰ ਕਿਤੇ ਰੈਟਨਾ ਦੇ ਵਿੱਚ ਪ੍ਰੋਬਲਮ ਹੋਏਗੀ ਤਾਂ ਉਹਦਾ ਟ੍ਰੀਟਮੈਂਟ ਕੀਤਾ ਜਾ ਸਕਦਾ, ਵਰਨਾ ਇਹ 25-30% ਦੀ ਪਾਪੂਲੇਸ਼ਨ ਦੇ ਵਿੱਚ ਬੜੀ ਕਾਮਨ ਚੀਜ਼ ਹੈ। ਜੋ ਤੁਸੀਂ ਬ੍ਰਾਈਟ ਚੀਜ਼ ਦੇਖੋਗੇ ਜਾਂ ਵਾਈਟ ਚੀਜ਼ ਦੇਖੋਗੇ ਤੁਹਾਨੂੰ ਜ਼ਿਆਦਾ ਨਜ਼ਰ ਆਏਗਾ, ਡਾਰਕ ਚੀਜ਼ ਦੇਖੋਗੇ ਘੱਟ ਨਜ਼ਰ ਆਏਗਾ। ਇਹਨੂੰ ਅਸੀਂ ਕਹਿੰਦੇ ਵਿਟਰਸ ਫਲੋਟਰ ਜਾਂ ਮਸਕੀ ਬੋਰੋਟੈਂਟਿਸ, ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ, ਇਹ ਠੀਕ ਹੋ ਜਾਂਦਾ। ਅਗਰ
ਪਰਦੇ ਦਾ ਡਾਕਟਰ ਦੇਖ ਕੇ ਕਹਿੰਦਾ ਕਿ ਪਿੱਛੇ ਪਰਦੇ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਉਹਦਾ ਇਲਾਜ ਕੀਤਾ ਜਾ ਸਕਦਾ, ਇਹ ਸਮੇਂ ਦੇ ਨਾਲ ਫਿਰ ਘੱਟ ਜਾਂਦੇ ਹਨ ਜੀ। ਸੋ ਸਰ ਇਹ ਗੱਲ ਹੋਰ ਕਿ ਤੁਹਾਡੇ ਕੋਲ ਕੋਈ ਇੱਦਾਂ ਦਾ ਪੇਸ਼ੈਂਟ, ਜਿਵੇਂ ਤੁਸੀਂ ਪਹਿਲਾਂ ਗੱਲ ਵੀ ਕੀਤੀ ਕਿ ਤੁਸੀਂ ਸਾਫ਼ ਕਿਸੇ ਪੇਸ਼ੈਂਟ ਨੂੰ ਕਹਿ ਦਿੰਦੇ ਹੋ ਕਿ ਨਹੀਂ ਟ੍ਰੀਟਮੈਂਟ ਹੋ ਸਕਦਾ ਅਤੇ ਮਨਾ ਕਰ ਦਿੱਤਾ ਜਾਂਦਾ, ਪਰ ਕੋਈ ਇੱਦਾਂ ਦਾ ਪੇਸ਼ੈਂਟ ਪਹੁੰਚਦੇ ਨੇ ਤੁਹਾਡੇ ਕੋਲ ਕਿ ਕਹਿੰਦੇ ਨੇ ਕਿ ਨਹੀਂ ਤੁਸੀਂ ਮਨਾ ਕਰ ਦਿੱਤਾ ਪਰ ਉਹਨਾਂ ਨੂੰ ਟ੍ਰੀਟਮੈਂਟ ਸਰਜਰੀ ਉਹਨਾਂ ਨੂੰ ਚਾਹੀਦੀ ਹੀ ਚਾਹੀਦੀ ਹੈਗੀ ਹੈ? ਬਹੁਤ ਲੋਕ ਆਉਂਦੇ ਹਨ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਪੂਰੀ ਤਰ੍ਹਾਂ ਅੱਖਾਂ ਦਾ ਮੁਆਇਨਾ ਕਰਨ ਤੋਂ ਮਗਰੋਂ ਹੀ ਮਰੀਜ਼ ਨੂੰ ਐਡਵਾਈਜ਼ ਕਰਦੇ ਹਾਂ, ਅਗਰ ਉਹਦਾ ਟ੍ਰੀਟਮੈਂਟ ਹੋ ਸਕਦਾ ਹੈ ਤਾਂ ਐਡਵਾਈਜ਼ ਕੀਤਾ ਜਾਂਦਾ ਹੈ, ਅਗਰ ਨਹੀਂ ਹੋ ਸਕਦਾ ਤਾਂ ਸਾਫ਼ ਹੀ ਇਨਕਾਰ ਕਰ ਦਿੱਤਾ ਜਾਂਦਾ ਹੈ। ਜਿੱਦਾਂ ਕੁਛ ਚੀਜ਼ਾਂ ਮਰੀਜ਼ ਨੂੰ ਤਾਂ ਸਿਰਫ ਨਿਗਰ ਨਾਲ ਤਾਲੁਕ ਹੈ, ਔਰ ਐਜ਼ ਏ ਡਾਕਟਰ ਐਜ਼ ਏ ਰਿਪਿਊਟਡ ਆਈ ਹੋਸਪਿਟਲ ਸਾਨੂੰ ਵੀ ਸਿਰਫ ਇੱਕੋ ਚੀਜ਼ ਨਾਲ ਤਾਲੁਕ ਹੈ ਕਿ ਮਰੀਜ਼ ਦੀ ਨਿਗਾਹ ਆਉਣੀ ਚਾਹੀਦੀ ਹੈ, ਮਰੀਜ਼ ਨੂੰ ਵੀ ਨਿਗਾਹ ਚਾਹੀਦੀ ਹੈ ਔਰ ਸਾਨੂੰ ਵੀ ਮਰੀਜ਼ ਦੀ ਨਿਗਾਹ ਹੀ ਚਾਹੀਦੀ ਹੈ। ਜਿੱਥੇ ਮਰੀਜ਼ ਦੀ ਨਿਗਾਹ ਨਹੀਂ ਆ ਸਕਦੀ ਉੱਥੇ ਸਾਨੂੰ ਅਸੀਂ ਕਹਿੰਦੇ ਜੇ ਨਹੀਂ ਅੱਛੀ ਬਣ ਸਕਦੀ ਅਸੀਂ ਸਾਫ਼ ਹੀ ਇਨਕਾਰ ਕਰ ਦੇਣਾ ਕਿ ਤੁਹਾਡੇ ਇਹਦੇ ਵਿੱਚ ਤੁਹਾਨੂੰ ਕਿਸ ਪ੍ਰੋਸੀਜਰ ਦਾ ਕਿਸੇ ਦਾ ਕੋਈ ਫਾਇਦਾ ਨਹੀਂ ਹੋਏਗਾ। ਜਿੱਦਾਂ ਕਿਸੇ ਦੇ ਅਗਰ ਮੈਕਰੋ ਡੀਜਨਰੇਸ਼ਨ ਹੋਵੇ ਉਹਦੇ ਵਿੱਚ ਨਿਗਾਹ ਆਉਣ ਦੇ ਚਾਂਸਿਸ ਬਹੁਤ ਘੱਟ ਹੋ ਜਾਂਦੇ ਹਨ, ਜਾਂ ਪਰਦਾ ਇੰਨਾ ਕਮਜ਼ੋਰ ਹੋਵੇ ਕਿ ਅਸੀਂ ਚਿੱਟੇ ਮੋਤੀਆ ਦਾ ਆਪਰੇਸ਼ਨ ਕਰੀਏ ਜਾਂ ਦੂਸਰਾ ਕੋਈ ਵੀ ਆਪਰੇਸ਼ਨ ਕਰੀਏ ਔਰ ਉਹਦੇ ਵਿੱਚ ਨਿਗਾਹ ਨਾ ਵੱਧ ਸਕੇ, ਕਾਲਾ ਮੋਤੀਆ ਉਹਦੇ ਨਾਲ ਨਿਗਾਹ ਬਿਲਕੁਲ ਲੂਜ਼ ਹੋ ਚੁੱਕਾ ਹੈ ਪੇਸ਼ੈਂਟ, ਉਹਦੇ ਵਿੱਚ ਆਪਰੇਸ਼ਨ ਕਰਕੇ ਫਾਇਦਾ ਨਹੀਂ ਹੋਣਾ ਤਾਂ ਅਸੀਂ ਸਾਫ਼ ਇਨਕਾਰ ਕਰਦੇ ਹਾਂ। ਮਰੀਜ਼ ਨੂੰ ਤਾਂ ਨਿਗਾਹ ਨਾਲ ਤਾਲੁਕ ਹੁੰਦਾ, ਪਰ ਅਸੀਂ ਦੇਖਣਾ ਕਿ ਕੀ ਮਰੀਜ਼ ਖਰਚਾ ਕਰਕੇ ਤਕਲੀਫ਼ ਉਠਾ ਕੇ ਬਿਲਕੁਲ ਕੀ ਆਪਰੇਸ਼ਨ ਕਰਾ ਕੇ ਉਹਨੂੰ ਕੁਛ ਫਾਇਦਾ ਹੋ ਸਕਦਾ ਹੈ, ਅਗਰ ਨਹੀਂ ਤਾਂ ਸਾਫ਼ ਹੀ ਇਨਕਾਰ ਕਰ ਦਿੱਤਾ ਜਾਂਦਾ ਹੈ। ਕੁਛ ਲੋਕ ਸਾਡੇ ਕੋਲ ਆਉਂਦੇ ਹਨ, ਉਹ ਕਹਿੰਦੇ ਹਨ ਕਿ ਕੀ ਆਹ ਚੀਜ਼ ਹੋ ਸਕਦੀ ਹੈ, ਅਸੀਂ ਉਹਨੂੰ ਐਡਵਾਈਜ਼ ਕਰਦੇ। ਜਿੱਦਾਂ ਅਕਸਰ ਲੋਕ 40 ਸਾਲ ਦੀ ਉਮਰ ਤੋਂ ਬਾਅਦ ਜਿਨ੍ਹਾਂ ਦੀ ਦੂਰ ਦੀ ਨਿਗਾਹ ਠੀਕ ਹੁੰਦੀ ਹੈ ਤਾਂ ਨਜ਼ਦੀਕ ਵਾਸਤੇ ਉਹ ਕਰਾਉਣਾ ਚਾਹੁੰਦੇ ਹਨ, ਜਾਂ ਜਿਹਨੇ ਦੂਰ ਔਰ ਨਜ਼ਦੀਕ ਦੇ ਦੋਨੋਂ ਨਿਗਾਹ ਕਮਜ਼ੋਰ ਹੁੰਦੀਆਂ ਔਰ ਉਹ ਕਰਾਉਣਾ ਚਾਹੁੰਦੇ ਹਨ, ਪਰ ਉਸ ਤੋਂ ਬਾਅਦ ਉਹ ਦੁਚਿੱਤੀ ਵਿੱਚ ਹੁੰਦੇ ਹਨ ਕਿ ਕੀ ਅਸੀਂ ਕਰਵਾਈਏ। ਬਿਲਕੁਲ, ਅਗਰ ਉਹਨਾਂ ਦੇ ਲੈਂਸ ਵਾਲਾ ਆਪਰੇਸ਼ਨ ਹੋ ਰਿਹਾ ਹੋਵੇ ਤਾਂ ਹੋਰ ਜ਼ਿਆਦਾ ਦੁਚਿੱਤੀ ਵਿੱਚ ਹੁੰਦੇ ਹਨ ਕਿ ਕੀ ਅਸੀਂ ਨੈਚੁਰਲ ਲੈਂਸ ਨੂੰ ਕਢਵਾ ਕੇ ਦੂਸਰਾ ਲੈਂਸ ਪਵਾਈਏ। ਹਾਂ, ਕੁਛ ਜਗ੍ਹਾ 'ਤੇ ਸੁਜੈਸ਼ਨ ਹੋ ਸਕਦਾ ਹੈ, ਦੂਸਰਾ ਡਾਕਟਰ ਕਹਿ ਸਕਦਾ ਹੈ ਕਿ ਨਹੀਂ ਜੀ ਇਹ ਤਾਂ ਨਹੀਂ, ਹਜੇ ਤੁਸੀਂ ਇਹਦੇ ਨਾਲ ਆਨੰਦ ਮਾਣੋ ਜੀ, ਇਹਦਾ ਤੁਸੀਂ ਜਿਹਦਾ ਚੱਲ ਰਿਹਾ ਉਹਦੇ ਹੀ ਚਲਾਓ ਜੀ, ਚਸ਼ਮਾ ਹੈ ਤਾਂ ਕੀ ਬੁਰੀ ਚੀਜ਼ ਹੈ, ਪਰ ਇਹ ਇੰਡੀਵਿਜੁਅਲ ਪ੍ਰੈਫਰੈਂਸਿਸ ਹਨ। ਬਿਲਕੁਲ, ਅਸੀਂ ਐਡਵਾਈਜ਼ ਕਰ ਸਕਦੇ ਹਾਂ ਮਰੀਜ਼ ਨੂੰ ਕਿ ਤੁਹਾਨੂੰ ਇਹਦੇ ਨਾਲ ਆਹ ਫਾਇਦਾ ਹੋ ਸਕਦਾ, ਕਿਉਂਕਿ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਕੋਈ ਵੀ ਚੀਜ਼ 100% ਨਹੀਂ ਹੁੰਦੀ, ਹਰ ਚੀਜ਼ ਦੇ ਆਪਣੇ ਪੋਜ਼ਿਟਿਵ ਔਰ ਨੈਗੇਟਿਵ ਇਫੈਕਟ ਹੁੰਦੇ ਹਨ। ਸੋ ਮਰੀਜ਼ ਨੂੰ ਕਾਉਂਸਲਿੰਗ ਤੋਂ ਬਾਅਦ ਪੂਰੇ ਵਿਚਾਰ ਕਰਕੇ ਹੀ ਡਿਸਾਈਡ ਕਰਨਾ ਚਾਹੀਦਾ ਹੈ ਕਿ ਕੀ ਉਹ ਆਪਰੇਸ਼ਨ ਕਰਵਾਵੇ ਜਾਂ ਨਾ ਕਰਵਾਵੇ, ਕਿਉਂਕਿ ਪੋਜ਼ਿਟਿਵ ਔਰ ਨੈਗੇਟਿਵ ਦੋਨੇ ਸਾਈਡ ਇਕੱਠੀਆਂ ਚੱਲਦੀਆਂ ਹਨ। ਸਿਰਫ ਇਹ ਸਕੈਨ 'ਤੇ ਕੋਈ ਵੀ ਕਹਿ ਦੇ ਕਿ ਆਪਰੇਸ਼ਨ ਕਰਾ ਲਓ ਤਾਂ ਆਪਾਂ ਕਰਾ ਲਈਏ ਅਤੇ ਬਾਅਦ ਵਿੱਚ ਆਪਾਂ ਨੂੰ ਪਰੇਸ਼ਾਨੀਆਂ ਹੋਣ, ਜਿੱਦਾਂ ਮਲਟੀਫੋਕਲ ਲੈਂਸ ਪਾਈਏ ਔਰ ਰਾਤ ਨੂੰ ਆਪਾਂ ਡਰਾਈਵ ਕਰਨਾ ਔਰ ਆਪਣਾ ਪ੍ਰੋਫੈਸ਼ਨ ਡਰਾਈਵਿੰਗ ਆ, ਆਪਾਂ ਰਾਤ ਨੂੰ ਖੂਬ ਡਰਾਈਵ ਕਰਦੇ ਹਾਂ, ਸਾਹਮਣੇ ਲਾਈਟ ਪਵੇ ਗਲੇਅਰ ਪਵੇ ਤਾਂ ਆਪਾਂ ਨੂੰ ਲੱਗੇ ਕਿ ਮੈਂ ਕੀ ਕਰ ਰਿਹਾ ਹਾਂ, ਮੇਰੇ ਕੀ ਹੋ ਗਿਆ। ਸੋ ਜਦ ਤੱਕ ਪਹਿਲਾਂ ਸਮਝਿਆ ਨਹੀਂ ਹੋਏਗਾ ਤਾਂ ਉਹਨੂੰ ਪਰੇਸ਼ਾਨੀ ਹੋਏਗੀ ਹੋਏਗੀ, ਬਾਅਦ ਵਿੱਚ ਕਹੇਗਾ ਲਓ ਜੀ ਡਾਕਟਰ ਨੇ ਮੇਰੇ ਨਾਲ ਧੋਖਾ ਕੀਤਾ, ਕਿਉਂ? ਕਿਉਂਕਿ ਉਹਨੇ ਚੰਗੀ ਤਰ੍ਹਾਂ ਚੀਜ਼ ਨੂੰ ਸਮਝਿਆ ਨਹੀਂ ਸੀ। ਸੋ ਹਰ ਚੀਜ਼ ਨੂੰ ਸਮਝ ਕੇ ਹੀ ਕੰਮ ਕਰਨਾ ਚਾਹੀਦਾ ਹੈ, ਇਹ ਦੋ ਪਾਸਿਓਂ ਕੰਮ ਹੁੰਦਾ ਹੈ, ਸਿਰਫ ਇੱਕ ਪਾਸੇ 'ਤੇ ਨਹੀਂ ਰਹਿਣਾ ਚਾਹੀਦਾ। ਔਰ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਤੁਹਾਨੂੰ ਹਰ ਚੀਜ਼ ਦੱਸਦਾ ਹੈ, ਅਗਰ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕਰਦਾ ਤਾਂ ਤੁਸੀਂ ਰਿਕੁਐਸਟ ਕਰੋ ਕਿ ਪੂਰੀ ਚੀਜ਼ ਐਕਸਪਲੇਨ ਕੀਤੀ ਜਾਵੇ, ਔਰ ਉਸ ਤੋਂ ਬਾਅਦ ਡਿਸੀਜ਼ਨ ਤੁਸੀਂ ਸਿਰਫ ਇਹ ਕਹਿ ਕੇ ਨਾ ਛੱਡੋ ਕਿ ਡਾਕਟਰ ਸਾਹਿਬ ਤੁਸੀਂ ਕਰਨਾ ਜੋ ਵਧੀਆ ਤੋਂ ਵਧੀਆ ਉਹ ਕਰੋ। ਮੈਂ ਇਹ ਚਾਹੂੰਗਾ ਕਿ ਤੁਸੀਂ ਜਦੋਂ ਡਾਕਟਰ ਕੋਲ ਜਾਓ, ਡਿਸੀਜ਼ਨ ਦੋਨੇ ਪਾਸਿਓਂ ਹੋਵੇ, ਤੁਸੀਂ ਪੂਰਾ ਸਮਝ ਕੇ ਅਤੇ ਆਪਣਾ ਡਿਸੀਜ਼ਨ ਲਵੋ ਕਿ ਡਾਕਟਰ ਨੇ ਜਿਹੜੀ ਚੀਜ਼ ਤੁਹਾਨੂੰ ਐਡਵਾਈਜ਼ ਕੀਤੀ ਹੈ ਜਾਂ ਜਿਸ ਤਰ੍ਹਾਂ ਦੀ ਵਿਜ਼ਨ ਤੁਹਾਨੂੰ ਦੱਸੀ ਆਏਗੀ, ਕੀ ਤੁਹਾਨੂੰ ਉਹਦੇ ਨਾਲ ਖੁਸ਼ੀ ਹੋਏਗੀ, ਜਾਂ ਜਿਹੜੀਆਂ ਉਹਦੀਆਂ ਕਮੀਆਂ ਹਨ ਕੀ ਉਹਦੇ ਨਾਲ ਤੁਹਾਡਾ ਕੰਮ ਚੱਲੇਗਾ, ਕੀ ਤੁਸੀਂ ਉਹਨਾਂ ਨੂੰ ਐਕਸੈਪਟ ਕਰਦੇ ਹੋ, ਅਗਰ ਤੁਸੀਂ ਐਕਸੈਪਟ ਕਰੋ ਉਸ ਤੋਂ ਬਾਅਦ ਟ੍ਰੀਟਮੈਂਟ ਕਰੋ ਤਾਂ ਤੁਸੀਂ ਵੀ ਖੁਸ਼ ਰਹੋਗੇ ਔਰ ਡਾਕਟਰ ਵੀ ਖੁਸ਼, ਕਿਉਂਕਿ ਤੁਹਾਡੀਆਂ ਐਕਸਪੈਕਟੇਸ਼ਨ ਰੀਅਲਿਸਟਿਕ ਹੋਣੀਆਂ ਚਾਹੀਦੀਆਂ ਹਨ। ਬਿਲਕੁਲ, ਰੀਅਲਿਸਟਿਕ ਐਕਸਪ੍ਰੈਸ਼ਨ ਨਹੀਂ ਹੋਣਗੀਆਂ ਤਾਂ ਤੁਸੀਂ ਖੁਸ਼ ਨਹੀਂ ਹੋ ਸਕਦੇ। ਇਸ ਕਰਕੇ ਹਮੇਸ਼ਾ ਇਨਫੋਰਮਡ ਡਿਸੀਜ਼ਨ ਲੈਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਹਮੇਸ਼ਾ ਚੰਗਾ ਮਹਿਸੂਸ ਹੋਵੇ, ਤੁਸੀਂ ਖੁਸ਼ ਰਹੋ, ਤਾਂ ਕਿ ਕਿਸੇ ਨੂੰ ਵੀ ਤੁਸੀਂ ਕਹਿ ਸਕੋ ਕਿ ਆਹ ਮੈਂ ਡਿਸੀਜ਼ਨ ਲਿਆ ਸੀ, ਇਹ ਮੇਰਾ ਚੰਗਾ ਡਿਸੀਜ਼ਨ, ਮੈਨੂੰ ਦੱਸਿਆ ਗਿਆ ਸੀ ਕਿ ਆਹ ਕਮੀਆਂ ਹੋਣਗੀਆਂ।
ਹੋਣਗੀਆਂ ਬਿਲਕੁਲ, ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਆਲਮੋਸਟ ਇਹ ਹੁੰਦਾ ਕਿ ਆਪਾਂ ਕੋਈ ਵੀ ਚਾਹੇ ਇਸ਼ੂ ਹੈਗਾ ਅਸੀਂ ਜਾਂਦੇ ਹਾਂ ਅਤੇ ਹੁੰਦਾ ਕਿ ਡਾਕਟਰ ਨੇ ਤਾਂ ਠੀਕ ਹੈ ਟ੍ਰੀਟਮੈਂਟ ਕਰਨਾ, ਸਾਡੇ ਤਾਂ ਪੈਸੇ ਬਣਨੇ ਨੇ, ਸਿੱਧਾ ਅਸੀਂ ਉਹਨਾਂ ਨੂੰ ਹਾਂ ਹੀ ਕਰਦੇ ਹਾਂ। ਪਰ ਇਹ ਹੀ ਟ੍ਰਾਂਸਪੇਰੈਂਸੀ ਮੇਰੇ ਖਿਆਲ 'ਚ ਥਿੰਦ ਆਈ ਹੋਸਪਿਟਲ ਦੀ ਹੈਗੀ ਹੈ, ਅਤੇ ਇਹੀ ਰੀਜ਼ਨ ਹੈ ਮੇਰੇ ਖਿਆਲ ਦੇ ਵਿੱਚ ਕਿ ਵਾਰਡ ਤੋਂ ਲੋਕ ਜਿਹੜੇ ਨੇ ਆਉਂਦੇ ਨੇ ਇੱਥੇ ਪਹੁੰਚਦੇ ਨੇ ਕਿ ਪ੍ਰੋਪਰ ਦੱਸਿਆ ਜਾਂਦਾ ਹੈਗਾ ਉਹਨਾਂ ਨੂੰ, ਪੂਰੀ ਟ੍ਰਾਂਸਪੇਰੈਂਸੀ ਰੱਖੀ ਜਾਂਦੀ ਹੈ। ਸੋ ਸਰ ਹੋਰ ਵੀ ਕੁਸ਼ਚਨ ਬਹੁਤ ਸੀਗੇ, ਸਵਾਲ ਬਹੁਤ ਸੀ, ਕਾਲਰ ਵੀ ਬਹੁਤ ਸੀਗੇ, ਪਰ ਟਾਈਮ ਖਤਮ ਹੋ ਗਿਆ। ਸੋ ਪਰ ਥੈਂਕ ਯੂ ਸੋ ਮਚ, ਤੁਸੀਂ ਸਪੈਸ਼ਲੀ ਟਾਈਮ ਕੱਢਿਆ, ਸਾਰੀ ਇਨਫੋਰਮੇਸ਼ਨ ਸਾਡੇ ਵਿਊਅਰਸ ਦੇ ਨਾਲ ਸ਼ੇਅਰ ਕੀਤੀ। ਥੈਂਕ ਯੂ ਵੈਰੀ ਮਚ, ਔਰ ਵਿਊਅਰਸ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੈਠ ਕੇ ਸੁਣਿਆ ਜੀ ਸਾਨੂੰ। ਜੀ ਸੋ ਬਿਲਕੁਲ ਜੀ, ਬਾਕੀ ਜਿਹੜੇ ਵਿਊਅਰਸ ਦੀ ਅਸੀਂ ਕਾਲਸ ਨਹੀਂ ਪਿੱਕ ਕਰ ਪਾਏ, ਨੰਬਰ ਆ ਗਏ ਨੇ ਤੁਹਾਡੇ ਕੋਲ ਜੀ, ਇਹਨਾਂ ਨੰਬਰ ਨੂੰ ਤੁਸੀਂ ਨੋਟ ਕਰਕੇ ਰੱਖੋ, ਡਾਇਰੈਕਟ ਤੁਸੀਂ ਹੋਸਪਿਟਲ ਦੇ ਵਿੱਚ ਕਾਲ ਜਿਹੜੀ ਆ ਉਹ ਕਰ ਸਕਦੇ ਹੈਗੇ ਹੋ। ਥਿੰਦ ਆਈ ਹੋਸਪਿਟਲ ਜਲੰਧਰ ਦੇ ਵਿੱਚ ਅੱਜ ਅਸੀਂ ਵਿਜ਼ਿਟ ਕੀਤਾ ਸੀਗਾ, ਸੋ ਇੱਥੇ ਆਉਣ ਦਾ ਤੁਹਾਡਾ ਪਲਾਨ ਹੈਗਾ, ਕੋਈ ਵੀ ਪ੍ਰੋਬਲਮ ਹੈਗੀ ਅੱਖਾਂ ਨੂੰ ਲੈ ਕੇ ਜਾਂ ਆਪਣੀ ਸਪੈਕਸ ਨੂੰ ਤੁਸੀਂ ਉਤਾਰਨਾ ਚਾਹੁੰਦੇ ਹੈਗੇ ਹੋ, ਅਤੇ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ, ਜਾਂ ਇੱਥੇ ਕਿਸੇ ਨੂੰ ਵੀ ਇਸ਼ੂ ਆ ਰਿਹਾ ਹੈਗਾ ਅਤੇ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੋ ਸਤਿ ਸ਼੍ਰੀ ਅਕਾਲ ਜੀ, ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਜੇ ਐਸ ਸਿੰਘ ਜੀ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।